ਧੰਨ ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਕਿਆ ਜਾਣਾ ਕਿਵ ਮਰੇਂਗੇ। ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨੋ ਨਾ ਵਿਸਰੈ, ਹਾਂ ਤਾਂ ਸਹਿਲਾ ਮਰਨਾ ਹੋਏ। ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ, ਛੱਡ ਕੇ ਦੁਨੀਆ ਵਾਲੀ ਮੌਜ। ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਆ ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਆ ਹੋ ਮਨਾ ਫਕੀਰ, ਛੱਡ ਦੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਛੱਡ ਦੇ ਦੁਨੀਆ ਵਾਲੀ ਮੌਜ ਨੂੰ। ਦੁਨੀਆ ਵਾਲੀ ਮੌਜ ਨੂੰ ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਦੁਨੀਆ ਵਾਲੀ ਮੌਜ ਨੂੰ, ਦੁਨੀਆ ਵਾਲੀ ਮੌਜ ਨੂੰ, ਦੁਨੀਆ ਵਾਲੀ ਮੌਜ ਨੂੰ ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਦੁਨੀਆ ਵਾਲੀ ਮੌਜ ਨੂੰ ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਦੁਨੀਆ ਵਾਲੀ ਮੌਜ ਨੂੰ, ਦੁਨੀਆ ਵਾਲੀ ਮੌਜ ਨੂੰ, ਦੁਨੀਆ ਵਾਲੀ ਮੌਜ ਨੂੰ ਛੱਡ ਕੇ ਦੁਨੀਆ ਵਾਲੀ ਮੌਜ ਨੂੰ। ਹੋ ਜਾ ਮਨਾ ਫਕੀਰ, ਵਾਹਿਗੁਰੂ ਵਾਹਿਗੁਰੂ, ਜੋੜੋ ਮਨ ਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਪਿਓ ਜੀ ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਤੇਰੀ
ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਤੇਰੀ ਬਦਲ ਜਾਊ ਤਕਦੀਰ, ਛੱਡ ਕੇ ਦੁਨੀਆ ਵਾਲੀ ਮੌਜ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਦੁਨੀਆ ਵਾਲੀ ਮੌਜ, ਦੁਨੀਆ ਵਾਲੀ ਮੌਜ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਦੁਨੀਆ ਵਾਲੀ ਮੌਜ ਨੂੰ, ਹੋ ਜਾ ਮਨਾ ਫਕੀਰ, ਹੋ ਜਾ ਮਨਾ ਫਕੀਰ, ਹੋ ਜਾ ਮਨਾ ਫਕੀਰ, ਆ ਹੋ ਜਾ ਮਨਾ ਫਕੀਰ, ਹਾਂਜੀ ਹੋ ਜਾ ਮਨਾ ਫਕੀਰ, ਪਿਆਰੇ ਹੋ ਜਾ ਮਨਾ ਫਕੀਰ, ਪਿਆਰੇ ਹੋ ਜਾ ਮਨਾ ਫਕੀਰ, ਹੋ ਜਾ ਮਨਾ ਫਕੀਰ, ਹਾਂਜੀ ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਆ ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਹੋ ਜਾ ਮਨਾ ਫਕੀਰ, ਛੱਡ ਕੇ ਦੁਨੀਆ ਵਾਲੀ ਮੌਜ ਨੂੰ, ਇਹ ਨਾ ਤੇਰਾ ਦੇਸ਼ ਮਨਾ, 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 ਇਹ ਨਾ ਤੇਰਾ ਦੇਸ਼, ਇਹ ਨਾ ਤੇਰਾ ਦੇਸ਼ ਮਨਾ ਪਰਦੇਸੀਆ, 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 ਪਰਦੇਸੀ ਬਣ ਕੇ ਆਇਆ ਮਨਾ, 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 ਇੱਕ ਦਿਨ ਤੈਂ ਉੱਡ ਜਾਣਾ, 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 ਦਿਨ ਤੈਂ ਉੱਡ ਜਾਣਾ, ਇੱਕ ਦਿਨ ਤੈਂ ਉੱਡ ਜਾਣਾ, ਪੰਛੀ ਵਾਂਗੂ ਮਾਰ ਉਡਾਰੀ, 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 ਇੱਕ ਦਿਨ ਤੈਂ ਉੱਡ ਜਾਣਾ ਜੀ,
ਹੋਈ ਪੰਛੀ ਵਾਂਗੂ ਮਾਰ ਉਡਾਰੀ ਇੱਕ ਦਿਨ ਤੈਂ ਉੱਡ ਜਾਣਾ ਪਿਆਰੇ ਪੰਛੀ ਵਾਂਗੂ ਮਾਰ ਉਡਾਰੀ ਇੱਕ ਦਿਨ ਤੈਂ ਉੱਡ ਜਾਣਾ ਜੀ ਪੰਛੀ ਵਾਂਗੂ ਮਾਰ ਉਡਾਰੀ ਇੱਕ ਦਿਨ ਤੈਂ ਉੱਡ ਜਾਣਾ ਜੀ ਪੰਛੀ ਵਾਂਗੂ ਮਾਰ ਉਡਾਰੀ ਅੱਗੇ ਕਦਰ ਉਹਨਾਂ ਦੀ ਹੋਵੇ 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 ਜਿਨ੍ਹਾਂ ਨੇ ਮੰਨਿਆ ਭਾਣਾ ਜੀ ਅੱਗੇ ਕਦਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਮੰਨਿਆ ਭਾਣਾ ਜੀ ਅੱਗੇ ਕਦਰ ਉਹਨਾਂ ਦੀ ਹੋਵੇ ਨੇ ਮੰਨਿਆ ਭਾਣਾ ਜੀ ਅੱਗੇ ਕਦਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਮੰਨਿਆ ਭਾਣਾ ਜੀ ਅੱਗੇ ਕਦਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਮੰਨਿਆ ਭਾਣਾ ਜੀ ਅੱਗੇ ਕਦਰ ਉਹਨਾਂ ਦੀ ਹੋਵੇ ਜਿਨ੍ਹਾਂ ਨੇ ਮੰਨਿਆ ਭਾਣਾ ਜੀ ਅੱਗੇ ਕਦਰ ਉਹਨਾਂ ਦੀ ਹੋਵੇ ਨਾ ਤੇਰਾ ਦੇਸ਼ ਮਨਾ ਇਹ 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 ਨਾ ਤੇਰਾ ਦੇਸ਼ ਮਨਾ ਪਰਦੇਸੀਆ 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 ਮਨ ਪਰਦੇਸੀ ਜੇ ਥੀ ਹੈ ਸਭ ਦੇਸ਼ ਪਰਾਇਆ ਕਿਸ ਪੈ ਖੋਲੋਂ ਗੰਠੜੀ ਦੁਖੀ ਪਰ ਆਇਆ ਮਾਲਕ ਜੀ ਦੇ ਚਰਨਾਂ ਵਿੱਚ ਅਤਿ ਸਤਿਕਾਰਯੋਗ ਮਾਤਾ ਕੁਲਵੰਤ ਕੌਰ ਜੀ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਤੁਰ ਗਏ ਨੇ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੇ ਮਹਾਰਾਜ ਕਹਿੰਦੇ ਜੇ ਵਾਹਿਗੁਰੂ ਵਾਹਿਗੁਰੂ ਜਪਦਾ ਨਾ ਜੇ ਰੱਬ ਦਾ ਚੇਤਾ ਜਿਹੜੇ ਮਾਲਕ ਨੇ ਘੱਲਿਆ ਜੇ ਮਾਲਕ ਨੂੰ ਨਹੀਂ ਭੁੱਲਿਆ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਤਾਂ ਸਹਿਲਾ ਮਰਨਾ ਹੋਏ ਤੇਰਾ ਮਰਨਾ ਵੀ ਸੌਖਾ ਹੋ ਜਾਣਾ ਤੁਰ ਸਭ ਨੇ ਜਾਣਾ ਰਹਿਣਾ ਨਹੀਂ ਜਦੋਂ ਵਾਰੀ ਆ ਗਈ ਥੋੜ੍ਹੀ ਸਾਰ ਪਕਟਾਓ ਜਦੋਂ ਵਾਰੀ ਆ ਗਈ ਫਿਰ ਸਭ ਨੇ ਤੁਰ ਜਾਣਾ ਆਓ ਭਾਣੇ ਵਿੱਚ ਬੈਠਣ ਦੀਆਂ ਘੜੀਆਂ ਮਿਲੀਆਂ ਨੇ ਗੁਰਮੁਖ ਉਹੀ ਆ ਜਿਹੜਾ ਭਾਣੇ ਵਿੱਚ ਬਹਿ ਜਾਏ ਗੁਰਮੁਖ ਤੇਰਾ ਭਾਣਾ ਭਾਵੇ ਗੁਰਮੁਖ ਤੇਰਾ ਭਾਣਾ ਮੰਨੇ ਸੋ ਸੁੱਖ ਪਾਏ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਮਹਾਰਾਜ ਦੀ ਬਾਣੀ ਦਾ ਗਿਆਨ ਸਾਡਾ ਜਨਮ ਬਾਅਦ ਵਿੱਚ ਹੁੰਦਾ ਪਹਿਲਾਂ ਮਰਨਾ ਲਿਖਿਆ ਜਾਂਦਾ ਵੀ ਲੈ ਭਾਈ ਸੰਸਾਰ ਤੇ ਚੱਲਿਆ ਤੇਰਾ ਜਨਮ ਹੁੰਦਾ ਪਿਆ ਅੱਜ ਜਨਮ ਆ ਯਾਦ ਰੱਖੀ ਇੱਕ ਦਿਨ ਮਰ ਵੀ ਜਾਣਾ ਬੜੇ ਲੋਕੀ ਕਹਿਣਗੇ ਬਾਬਾ ਜੀ ਆਪਾਂ ਤੇ ਜ਼ਿੰਦਗੀ ਮਾਨਣਾ ਆ ਆਪਾਂ ਤੇ ਜੀ ਖਾਣੇ ਪੀਂਦੇ ਹਾਂ ਮੌਜਾਂ ਕਰਦੇ ਹਾਂ ਬਾਗੋ ਬਾਗ ਆ ਬੜੇ ਲੋਕੀ ਇਹ ਕਹਿੰਦੇ ਸੁਣਦੇ ਆ ਪਰ ਜਿਹੜਾ ਬੰਦਾ ਕਹਿੰਦਾ ਨਾ ਜ਼ਿੰਦਗੀ ਮਾਨਣ ਆਇਆ ਜਿਉਣ ਆਇਆ ਉਹਨੇ ਪੂਰਾ ਸੱਚ ਨਹੀਂ ਮੰਨਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ
ਮਹਾਰਾਜ ਕਹਿੰਦੇ ਅਧੂਰਾ ਸੱਚ ਪੱਲੇ ਬੰਨੀ ਫਿਰਦਾ। ਜਿਹੜਾ ਕਹਿੰਦਾ ਆਪਾਂ ਜ਼ਿੰਦਗੀ ਮਾਨਣ ਆਇਆ, ਅਧੂਰਾ ਸੱਚ ਬੰਨੀ ਫਿਰਦਾ ਪੱਲੇ। ਪੂਰਾ ਸੱਚ ਇਹ ਆ, ਆਪਾਂ ਜੇ ਦੁਨੀਆਂ 'ਤੇ ਆਇਆ, ਜ਼ਿੰਦਗੀ ਮਾਨਣ ਆਇਆ, ਫਰੀਦਾ ਉਮਰ ਸੁਹਾਵੜੀ, ਸੰਗ ਸਵਨੜੀ, ਦੇਹ ਬਿਰਲੇ ਕਈ ਪੱਖੇ ਨੂੰ ਬਿਰਲੇ ਕਈ ਭਾਈ ਹਨ, ਜਿਨ੍ਹਾਂ ਪਿਆਰੇ ਨੇ ਉੱਥੇ ਬਿਰਲੇ ਨੇ, ਜਿਨ੍ਹਾਂ ਨੇ ਜੇ ਮਾਲਕ ਨੇ ਜ਼ਿੰਦਗੀ ਦਿੱਤੀ, ਜੇ ਮਾਲਕ ਨੇ ਜੀਵਨ ਦਿੱਤਾ ਤਾਂ ਫਿਰ ਯਾਦ ਕਰੀ ਫਰੀਦਾ ਉਮਰ ਸੁਹਾਵੜੀ, ਸੰਗ ਸਵਨੜੀ ਦੇਹ ਬਿਰਲੇ ਕਈ ਭਾਈ ਹਨ। ਬਾਬਾ ਫਰੀਦ ਜੀ ਕਹਿੰਦੇ ਉੱਥੇ ਬਿਰਲੇ ਨੇ, ਲੰਮੀ ਉਮਰ ਮਿਲੇ, ਸੋਹਣਾ ਸਰੀਰ ਮਿਲੇ, ਸੋਹਣੀ ਜ਼ਿੰਦਗੀ ਮਿਲੀ, ਸੋਹਣਾ ਜੀਵਨ ਮਿਲਿਆ, ਪਰ ਕੋਈ ਕੋਈ ਆ ਜਿਹੜਾ ਕਹਿੰਦਾ ਮੈਂ ਨਾਮੀ ਹੋਣਾ, ਕੋਈ ਕੋਈ ਆ ਜਿਹੜਾ ਕਹਿੰਦਾ ਗੁਰੂ ਵਾਲਾ ਬਣਨਾ। ਮੈਂ ਜੇ ਪਰਿਵਾਰ ਦੀ ਗੱਲ ਕਰਾਂ, ਤਕਰੀਬਨ 15-16 ਸਾਲ ਹੋ ਗਏ ਮੇਰਾ ਪ੍ਰੇਮ, ਸਰਦਾਰ ਜਸਵੀਰ ਸਿੰਘ ਜੀ ਲਾਡੀ, ਸਾਡੇ ਵੀਰ ਜੀ ਬੜੇ ਪਿਆਰ ਵਾਲੇ ਸਨ, ਜਿਹੜੇ ਪਿਛਲੇ ਸਾਲ ਚੜ੍ਹਾਈ ਕਰਕੇ ਉਹ ਮਾਤਾ ਜੀ ਦੇ ਪੁੱਤਰ ਸਨ, ਲਾਡੀ ਵੀਰ ਜੀ। ਇੱਥੇ ਜੇ ਮੈਂ ਆਉਣ ਲੱਗਿਆ ਤਾਂ ਲਾਡੀ ਵੀਰ ਵਿਚੋਲਾ ਬਣਿਆ 15 ਸਾਲ ਪਹਿਲਾਂ, ਇਹ ਮੈਨੂੰ ਮਿਲੇ ਸੀ ਭੋਗ ਤੇ। ਉੱਧਰ ਮੇਰੇ ਇਲਾਕੇ ਵਿੱਚ ਬਾਬਾ ਜੀ ਸਾਡੇ ਪਿੰਡ ਵੀ ਆਓ, ਸਾਡੇ ਪਿੰਡ ਵੀ ਆਓ, ਬਹੁਤ ਭੱਜ ਕੇ ਹੱਸ ਕੇ ਮਿਲਣ ਆਏ ਨੇ। ਫਿਰ ਜਦੋਂ ਆਏ ਇੰਨਾ ਪਿਆਰ ਕੀਤਾ, ਮਾਤਾ ਜੀ ਨਾਲ ਵੀ ਮੇਲਾ ਹੋ ਗਿਆ, ਮਾਤਾ ਜੀ ਨਾਲ ਵੀ ਮੇਲਾ ਹੋ ਗਿਆ। ਮਾਤਾ ਜੀ ਬੜੇ ਪਿਆਰ ਵਾਲੇ ਸਨ, ਜਦੋਂ ਮਿਲਦੇ ਸਨ ਮਾਤਾ ਕੁਲਵੰਤ ਕੌਰ ਜੀ ਬੜੇ ਪਿਆਰ ਵਾਲੇ ਸਨ, ਪਤਾ ਲੱਗਦਾ ਸੀ ਪਰਿਵਾਰ ਵਿੱਚ ਚੰਗੇ ਗੁਣ ਨੇ, ਚੰਗੇ ਸੰਸਕਾਰ ਨੇ। ਜੇ ਬੱਚਿਆਂ ਵਿੱਚ ਚੰਗੇ ਸੰਸਕਾਰ ਨੇ, ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਪੜ੍ਹਾਉਣ ਵਾਲਾ ਟੀਚਰ ਵਧੀਆ, ਇਹਨਾਂ ਦੇ ਮਾਂ ਪਿਓ ਚੰਗੇ ਗੁਣਾਂ ਵਾਲੇ ਨੇ। ਜੇ ਮਾਂ ਪਿਓ ਦਾ ਜੀਵਨ ਵੇਖਣਾ ਬੱਚਿਆਂ 'ਚੋਂ ਪਤਾ ਲੱਗ ਜਾਂਦਾ, ਜੇ ਟੀਚਰ ਦੀ ਅਧਿਆਪਕ ਦੀ ਮਿਹਨਤ ਵੇਖਣੀ ਆ, ਬੱਚਿਆਂ ਦੀ ਪੜ੍ਹਾਈ ਦੱਸਦੀ ਆ ਵੀ ਪੜ੍ਹਾਉਂਦਾ ਰੀਝ ਨਾਲ, ਪੜ੍ਹਾਉਂਦਾ ਸ਼ੌਂਕ ਨਾਲ। ਮਾਂ ਪਿਓ ਦੀ ਜਿਹੜੀ ਕੇਅਰ, ਜਿਹੜਾ ਮਾਂ ਪਿਓ ਦਾ ਸਿਧਾਂਤ ਕਹਿ ਲਓ, ਬੱਚਿਆਂ ਵਿੱਚ ਪਤਾ ਲੱਗ ਜਾਂਦਾ ਵੀ ਬੱਚਿਆਂ ਨੂੰ ਕਿੰਨੇ ਚੰਗੇ ਗੁਣ ਦਿੱਤੇ ਨੇ। ਮਾਤਾ ਕੁਲਵੰਤ ਕੌਰ ਜੀ ਦਾ ਜੇ ਮੈਂ ਜੀਵਨ ਵੇਖਦਾ, ਇਹਨਾਂ ਦੇ ਪੁੱਤਰਾਂ ਵਿੱਚ, ਇਹਨਾਂ ਦੀਆਂ ਧੀਆਂ ਵਿੱਚ, ਜਦੋਂ ਵੀ ਮਿਲਦੇ ਨੇ ਬੜਾ ਪਿਆਰ, ਬਾਬਾ ਜੀ ਜਲ ਪਾਣੀ ਛਕੇ ਬਿਨਾਂ ਲੰਘਿਓ ਨਾ, ਮੈਨੂੰ ਉੱਥੇ ਹੀ ਉਹ ਰੋਡ 'ਤੇ ਘੇਰ ਲੈਣਾ, ਬਾਬਾ ਜੀ ਲੰਘਿਓ ਨਾ, ਨਵੇਂ ਸ਼ਹਿਰ ਜਾਣਾ, ਸਾਡੇ ਘਰ ਹੋ ਕੇ ਫੇਰ ਜਾਇਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਆਪਾਂ ਭਾਣੇ ਵਿੱਚ ਬੈਠੇ ਹਾਂ, ਤੁਰ ਸਭ ਨੇ ਜਾਣਾ ਰਹਿਣਾ ਨਹੀਂ, ਪਰ ਜਾਣ ਜਾਣ ਵਿੱਚ ਬੜਾ ਅੰਤਰ ਹੁੰਦਾ। ਮਾਤਾ ਕੁਲਵੰਤ ਕੌਰ ਜੀ ਜੇ ਗਏ ਨੇ, ਜਿਹੜਾ ਘਾਟਾ ਪਿਆ ਸੀ ਪਿਛਲੇ ਸਾਲ ਲਾਡੀ ਵੀਰ ਜੀ ਦਾ, ਉਹ ਦੁੱਖ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਚੁੱਭਦਾ ਰਹਿੰਦਾ ਹੁੰਦਾ ਮਾਵਾਂ ਲਈ, ਕਿਉਂਕਿ ਮਾਵਾਂ ਪਹਿਲਾਂ ਤੁਰ ਜਾਣ, ਪੁੱਤਰ ਬਾਅਦ ਵੇ ਜਾਣ, ਇਹ ਵਿਧਾਂਤ, ਇਹ ਸਿਧਾਂਤ। ਪਰ ਮਾਤਾ ਜੀ ਬੈਠੇ ਰਹਿ ਗਏ, ਪੁੱਤਰ ਨੂੰ ਪਹਿਲਾਂ ਤੋਰਨਾ ਪੈ ਗਿਆ। ਇਹ ਦੁੱਖ ਅੰਦਰੋਂ ਅੰਦਰ ਹੀ ਖਾ ਜਾਂਦਾ ਸਾਡੇ ਸਰੀਰ ਨੂੰ। ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣੇ ਜਰੀਆ, ਗੱਲਾਂ ਵਾਲੇ ਤੇ ਕਹਿ ਕੇ ਲੰਘ ਜਾਣਗੇ ਭਾਈ, ਪਰ ਜਿਨ੍ਹਾਂ ਨੂੰ ਲੱਗ ਜੇ ਵਿਛੋੜੇ ਦਾ ਤੀਰ,
ਜਿਸ ਤਨ ਲੱਗਿਆ ਸੋਈ ਤਨ ਜਾਣੇ। ਬਾਬਾ ਕਬੀਰ ਜੀ ਦਾ ਕਥਨ ਆ, ਪੜਿਓ ਪਿਆਰ ਨਾਲ। ਕਿਸੇ ਦੀ ਲੱਗੀ ਜੀ ਕੌਣ ਜਾਣਦਾ, 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 ਕਿਸੇ ਦੀ ਲੱਗੀ ਜੀ ਪਿਆਰੇ ਕੌਣ ਜਾਣਦਾ, ਕਿਸੇ ਦੀ ਲੱਗੀ ਜੀ 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 ਕੌਣ ਜਾਣਦਾ, ਜਿਸ ਤਨ ਲੱਗਿਆ ਸੋਈ ਤਨ ਜਾਣੇ, 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 ਕਿਸੇ ਦੀ ਲੱਗੀ ਕੌਣ ਜਾਣਦਾ, ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਜਿਸ ਤਨ ਲੱਗਿਆ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ, ਜਿਸ ਲੱਗੀ ਪੀਰ ਪਰਮ ਕੀ ਸੋ ਜਾਣੇ ਜਰੀਆ, ਉਹੀ ਜਾਣਦਾ ਜਿਨ੍ਹਾਂ ਨੂੰ ਵਿਛੋੜੇ ਦਾ ਤੀਰ ਲੱਗ ਜੇ, ਦੁੱਖ ਵਿਛੋੜਾ ਇੱਕ ਦੁੱਖ ਭੂਖ। ਮਹਾਰਾਜ ਕਹਿੰਦੇ ਇੱਕ ਵਿਛੋੜੇ ਦਾ ਦੁੱਖ, ਇੱਕ ਭੁੱਖ ਦਾ ਦੁੱਖ, ਇੱਕ ਦੁੱਖ ਸਖਤ ਬਾਰ ਜਮਦੂਤ ਇੱਕ ਜਮਾਂ ਦਾ ਦੁੱਖ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਦਰਦ ਹੋਵੇ ਦੁੱਖ ਰਹੇ ਸਰੀਰ। ਮਹਾਰਾਜ ਜਿਹਨੂੰ ਦੁੱਖ ਲੱਗਦਾ ਨਾ ਉਹੀ ਜਾਣਦਾ। ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਬਚਨ ਕਹਿ ਦਿਆਂ, ਜਿਹੜਾ ਪਰਿਵਾਰ 'ਤੇ ਇਹ ਦੁੱਖ ਪੈਂਦੇ ਨੇ,
ਹੈ ਤੇ ਮਾਲਕ ਦਾ ਭਾਣਾ ਹੈ ਤੇ ਹੁਕਮ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਹੁਕਮ ਵਿੱਚ ਆਇਆ ਭਾਣੇ ਵਿੱਚ ਬਹਿਣਾ ਪੈਂਦਾ ਭਾਣੇ ਵਿੱਚ ਜਾਣਾ ਵੀ ਪੈਂਦਾ ਭਾਈ ਜਦੋਂ ਹੁਕਮ ਆ ਗਿਆ ਜਿਨਕੀ ਚੀਰੀ ਦਰਗਹਿ ਪਾਟੀ ਤਿੰਨਾਂ ਮਰਨਾ ਭਾਈ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਦਰਗਾਹੋਂ ਸੱਦ ਪੈ ਗਈ ਜਾਣਾ ਹੀ ਜਾਣਾ ਪੈਣਾ ਭਾਈ ਹਮ ਆਦਮੀ ਹਾਂ ਇਕਦਮੀ ਮਹਾਰਾਜ ਨੇ ਪੁੱਛਿਆ ਮਰਦਾਨਿਆ ਧੰਨ ਗੁਰੂ ਨਾਨਕ ਜੀ ਜਦੋਂ ਰੱਬੀ ਬਾਣੀ ਦਾ ਕੀਰਤਨ ਕਰਦੇ ਨੇ ਮਰਦਾਨਿਆ ਮੌਤ ਨੂੰ ਕਿੰਨੀ ਕੁ ਦੂਰ ਜਾਣਦਾ ਪਿਆ ਭਾਈ ਮਰਦਾਨੇ ਨੇ ਗਲ ਵਿੱਚ ਪੱਲਾ ਪਾਇਆ ਮਾਰਾ ਦਿਨ ਅੱਜ ਦਾ ਚੜ੍ਹਿਆ ਵੇਖਿਆ ਕੱਲ ਦਾ ਪਤਾ ਨਹੀਂ ਵੇਖਣਾ ਪਤਾ ਨਹੀਂ ਵੇਖਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਸਾਡੇ ਨਾਲ ਰਹਿ ਕੇ ਇੰਨੀ ਦੂਰ ਜਾਣਦਾ ਪਿਆ ਇੰਨੀ ਦੂਰ ਨਹੀਂ ਮੌਤ ਭਾਈ ਬਾਲਾ ਜੀ ਨੂੰ ਮਹਾਰਾਜ ਕਹਿੰਦੇ ਤੂੰ ਦੱਸ ਭਾਈ ਬਾਲਾ ਜੀ ਅੱਧ ਵਿੱਚ ਆ ਗਏ ਸੀ ਭਾਈ ਮਰਦਾਨੇ ਨੇ ਦਿਨ ਕਿਹਾ ਅੱਜ ਦਾ ਦਿਨ ਵੇਖ ਲਿਆ ਕੱਲ ਦਾ ਪਤਾ ਨਹੀਂ ਵੇਖਣਾ ਨਹੀਂ ਵੇਖਣਾ ਭਾਈ ਬਾਲਾ ਜੀ ਅੱਧ ਵਿੱਚ ਖੜ ਗਏ ਮਹਾਰਾਜ ਦੋ ਘੜੀਆਂ ਦਿਨ ਬੀਤ ਗਿਆ ਪਤਾ ਨਹੀਂ ਦੋ ਘੜੀਆਂ ਆਉਣ ਵਾਲੀਆਂ ਵੇਖਣੀਆਂ ਨੇ ਪਤਾ ਨਹੀਂ ਨਹੀਂ ਵੇਖਣੀਆਂ ਮਹਾਰਾਜ ਕਹਿੰਦੇ ਭਾਈ ਬਾਲਿਆ ਤੂੰ ਵੀ ਦੂਰ ਜਾਣਦਾ ਪਿਆ ਦੋ ਘੜੀਆਂ ਇਹ ਦੂਰ ਜਾਣਦਾ ਪਿਆ ਫਿਰ ਇੰਨਾ ਪ੍ਰੇਮ ਸੀ ਆਪਣਾ ਮਾਣ ਤਾਣ ਛੱਡ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੇ ਸੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਗਲ ਵਿੱਚ ਪੱਲਾ ਪਾਇਆ ਮਹਾਰਾਜ ਅਸੀਂ ਅਲਪੱਕ ਜੀਵ ਆਪ ਜੀ ਸਰਬੱਗੋਂ ਮਹਾਰਾਜ ਅਸੀਂ ਕਲਯੁਗੀ ਜੀਵ ਹਾਂ ਆਪ ਜੀ ਨਿਰੰਕਾਰੀ ਹੋ ਕਿਰਪਾ ਕਰਕੇ ਗਿਆਨ ਕਰਾਓ ਮੌਤ ਕਿੰਨੀ ਕੁ ਦੂਰ ਹੈ ਉਹ ਵੇਲੇ ਧਨਾਸਰੀ ਰਾਗ ਵਿੱਚ ਬਾਣੀ ਆਈ ਆ ਹਮ ਆਦਮੀ ਹਾਂ ਇਕਦਮੀ ਮਹਾਰਾਜ ਕਹਿੰਦੇ ਇਕਦਮ ਦੇ ਆਦਮੀ ਆ ਭਾਈ ਜੇ ਦਮ ਆ ਗਿਆ ਤੇ ਆਦਮੀ ਜੇ ਦਮ ਨਾ ਆਇਆ ਫਿਰ ਮਿੱਟੀ ਦੀ ਢੇਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਕਰਕੇ ਅਰਦਾਸ ਕਰਿਆ ਕਰ ਮਾਲਕਾ ਮੈਨੂੰ ਤੇਰੀ ਕਿਰਪਾ ਮਿਲੇ ਮੈਂ ਤੇ ਕਿਰਪਾ ਮੰਗਣ ਆਇਆ ਜਿਹੜਾ ਜਿਉਂਦੇ ਜੀ ਕਿਰਪਾ ਮੰਗਦਾ ਭਾਗਾਂ ਵਾਲਾ ਬਣ ਜਾਂਦਾ ਮਹਾਰਾਜ ਕਹਿੰਦੇ ਮਰਨ ਮੁਕਤ ਕਿਨ ਪਾਈ ਮਰਨ ਤੋਂ ਬਾਅਦ ਕਿਹਨੇ ਮੁਕਤੀ ਵੇਖਣੀ ਆ ਮਰਨ ਤੋਂ ਬਾਅਦ ਕਿਹਨੇ ਕਿਰਪਾ ਮੰਗਣੀ ਆ ਇਹ ਤੇ ਜਿਉਂਦੇ ਜੀ ਮੰਗਿਆ ਕਰ ਮੁਖ ਦੁਨੀਆਂ ਮੋੜ ਲਵੇ ਆ ਕਿਰਪਾ ਮੰਗਿਆ ਕਰ ਜਿਉਂਦੇ ਜੀ ਮਾਲਕਾ ਮੈਨੂੰ ਤੇਰੇ ਦਰਸ਼ਨ ਹੋ ਜਾਣ ਮੈਨੂੰ ਤੇਰੀ ਕਿਰਪਾ ਮਿਲੇ ਜੱਗ ਦੀ ਪਰਵਾਹ ਨਹੀਂ ਮਾਲਕਾ ਜੱਗ ਦੀ ਪਰਵਾਹ ਨਹੀਂ ਜੀ ਮੁਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਸਾਈਆਂ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆ ਮੋੜ ਲਵੇ ਇੱਕ ਤੂੰ ਮੁਖੜਾ ਨਾ ਮੋੜੀ
ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਇੱਕ ਤੂੰ ਮੁਖੜਾ ਨਾ ਮੋੜੀ, ਸਾਈਆਂ ਤੂੰ ਮੁਖੜਾ ਨਾ ਮੋੜੀ, 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 ਸਾਡੀ ਲੱਗੀ ਪ੍ਰੀਤੀ ਹਾਂ ਲੱਗੀ ਪ੍ਰੀਤੀ ਨੂੰ, ਸਾਡੀ 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 ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਸਾਡੀ ਲੱਗੀ ਪ੍ਰੀਤੀ ਨੂੰ, ਸਾਈਆਂ ਤੂੰ ਐਵੇਂ ਨਾ ਤੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਦੁਨੀਆ ਮੋੜ ਲਵੇ, ਮੁੱਖ ਦੁਨੀਆ ਮੋੜ ਲਵੇ, ਮੁੱਖ ਦੁਨੀਆ ਮੋੜ ਲਵੇ, ਦੁਨੀਆ ਮੋੜ ਲਵੇ, ਮੁੱਖ ਦੁਨੀਆ ਮੋੜ ਲਵੇ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਦੁਨੀਆ ਮੋੜ ਲਵੇ, ਮੁੱਖ 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 ਦੁਨੀਆ ਮੋੜ ਲਵੇ, ਇੱਕ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੋੜੀ ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਮੁੱਖ ਦੁਨੀਆ ਮੋੜ ਲਵੇ, ਸਾਈਆਂ ਤੂੰ ਮੁਖੜਾ ਨਾ ਮੋੜੀ, ਉਹ ਨੇ ਜਿਹੜੇ ਜਿਉਂਦੇ ਜੀ ਆ ਜਾਣ ਮੱਥਾ ਟੇਕ ਲੈਣ, ਜਿਹੜਾ ਜਿਉਂਦੇ ਜੀ ਸੱਚਖੰਡ ਵਿੱਚ ਆ ਗਿਆ ਉਹਨੂੰ ਮਰ ਕੇ ਵੀ ਮਿਲ ਜਾਣਾ ਸੱਚਖੰਡ ਭਾਈ। ਪਰ ਮੈਨੂੰ ਮਾਫ ਕਰਿਓ, ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦਾ ਬਚਨ, ਜਿਹੜਾ ਜਿਉਂਦੇ ਜੀ ਸੱਚਖੰਡ ਵਿੱਚ ਨਹੀਂ ਆਇਆ, ਆ ਲੋਕ ਦਾ ਸੱਚਖੰਡ ਆ ਗੁਰੂ ਨਾਨਕ ਦਾ ਦਰਬਾਰ, ਜਿਹੜਾ ਆ ਸੱਚਖੰਡ ਵਿੱਚ ਆ ਗਿਆ ਉਹਨੂੰ ਅਗਲਾ ਦਰਗਾਹੀ ਸੱਚਖੰਡ ਮਿਲ ਜਾਣਾ, ਜਿਹੜਾ ਆ ਸੱਚਖੰਡ ਵਿੱਚ ਨਹੀਂ ਆਇਆ ਉਹਨੂੰ ਅਗਲਾ ਦਰਗਾਹੀ ਸੱਚਖੰਡ ਨਹੀਂ ਮਿਲਣਾ। ਫਿਰ ਭਾਵੇਂ ਮੇਰੇ ਵਰਗਾ 100 ਵਾਰੀ ਅਰਦਾਸ ਕਰ ਦੇਵੇ, ਮਹਾਰਾਜ ਬੜਾ ਗੁਰਮੁਖ ਸੀ,
ਇਹਨੂੰ ਚਰਨਾਂ ਵਿੱਚ ਵਾਸਾ ਦੇ ਦਿਓ, ਕਦੇ ਨਹੀਂ ਹੋਣਾ। ਜਿਹੜਾ ਜਿਉਂਦੇ ਜੀ ਮਨ ਕਰਕੇ ਫਕੀਰ ਆ ਉਹਦੀਆਂ ਜੈ ਜੈਕਾਰਾਂ ਨੇ, ਜਿਹੜਾ ਜਿਉਂਦੇ ਜੀ ਮਨ ਕਰਕੇ ਗੁਰਮੁਖ ਬਣ ਗਿਆ ਉਹਦੀਆਂ ਜੈ ਜੈਕਾਰਾਂ ਨੇ, ਜਿਹੜਾ ਭਾਣਾ ਮਿੱਠਾ ਕਰਕੇ ਮਨ ਲੈਂਦਾ ਉਹਦੀਆਂ ਜੈ ਜੈਕਾਰਾਂ ਨੇ। ਆਓ ਥੋੜ੍ਹਾ ਜਿਹਾ ਸਮਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਉਹ ਵੇਲਾ ਯਾਦ ਕਰਿਓ ਜਦੋਂ ਪ੍ਰੇਮ ਵਾਲੇ ਦਰਸ਼ਨ ਕਰਨ ਆਉਂਦੇ ਨੇ ਮਹਾਰਾਜ ਦੇ। ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਕਸ਼ਮੀਰ ਦੇ ਰਹਿਣ ਵਾਲਾ ਸੇਵਾ ਦਾਸ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਨਾ, ਪਹਿਲੀ ਵਾਰੀ ਆ ਕੇ ਦਰਸ਼ਨ ਕੀਤੇ, ਉਹ ਆਨੰਦ ਆ ਗਿਆ ਜਿਹੜਾ ਕਦੇ ਵੀ ਨਹੀਂ ਆਇਆ। ਆਖੋ ਸਦਨਾ ਸ੍ਰੀ ਵਾਹਿਗੁਰੂ। ਮਹਾਰਾਜ ਦੇ ਦਰਸ਼ਨ ਕੀਤੇ, ਚਰਨਾਂ ਤੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਭਾਈ ਕਿੱਥੋਂ ਦੇ ਰਹਿਣ ਵਾਲਾ? ਮਹਾਰਾਜ ਕਸ਼ਮੀਰ ਤੋਂ ਆਇਆ। ਮਹਾਰਾਜ ਨੇ ਇੱਕੋ ਵਚਨ ਕੀਤਾ, ਕੀ ਮੰਗਣ ਆਇਆ? ਸਾਰੀ ਦੁਨੀਆ ਮੰਗਣ ਆਉਂਦੀ ਹੈ ਗੁਰੂ ਨਾਨਕ ਦੇ ਘਰ ਵਿੱਚ। ਅਸੀਂ ਭਿਖਾਰੀ ਹਾਂ, ਇਹ ਯਾਦ ਰੱਖਿਆ ਕਰੋ। ਭਾਵੇਂ ਵੱਡਾ ਉਹਦਾ ਹੋਵੇ, ਭਾਵੇਂ ਕੋਈ ਪੰਚ ਆ, ਭਾਵੇਂ ਕੋਈ ਸਰਪੰਚ ਆ, ਭਾਵੇਂ ਕੋਈ MLA ਆ, ਭਾਵੇਂ ਕੋਈ ਮੁੱਖ ਮੰਤਰੀ, ਭਾਵੇਂ ਪ੍ਰਧਾਨ ਮੰਤਰੀ, ਭਾਵੇਂ ਕੋਈ ਆਵੇ, ਭਾਵੇਂ ਵੱਡਾ ਉਹਦਾ ਹੋਵੇ, ਪਰ ਯਾਦ ਰੱਖਿਓ ਗੁਰੂ ਨਾਨਕ ਦੇ ਘਰ ਦੇ ਆਪਾਂ ਸਦਾ ਭਿਖਾਰੀ ਹਾਂ, ਸਦਾ ਭਿਖਾਰੀ। ਮਹਾਰਾਜ ਕਹਿੰਦੇ ਮੰਗਣ ਕੀ ਆਇਆ ਭਾਈ? ਇਹ ਕਹਿੰਦਾ ਮਹਾਰਾਜ ਮੈਨੂੰ ਆਪਣਾ ਬਣਾਓ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ ਤੇਰੇ ਆਸਰੇ। ਹੋਰ ਦੂਜਾ ਆਸਰਾ ਹੀ ਨਹੀਂ ਕੋਈ ਮਹਾਰਾਜ। ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ, 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 ਮੇਰਾ ਬੇੜਾ ਜੀ ਗਰੀਬ ਦਾ ਉਹ ਤੇਰੇ ਆਸਰੇ, ਮੇਰਾ ਬੇੜਾ ਜੀ ਗਰੀਬ ਦਾ 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 ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ
ਬੇੜਾ ਜੀ ਗਰੀਬ ਦਾ, 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 ਬੇੜਾ ਜੀ ਗਰੀਬ, ਬੇੜਾ ਜੀ ਗਰੀਬ ਦਾ, 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 ਤੇਰੇ ਆਸਰੇ ਮੇਰਾ 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 ਬੇੜਾ ਜੀ ਗਰੀਬ ਦਾ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਸੇਵਾ ਦਾਸ ਕਹਿੰਦਾ ਮਾਲਕ ਜੀ ਜਦੋਂ ਮਹਾਰਾਜ ਕਹਿੰਦੇ ਮੰਗਣ ਕੀ ਆਇਆ ਮੰਗ, ਇਹ ਕਹਿੰਦਾ ਮਹਾਰਾਜ ਮੈਨੂੰ ਆਪਣਾ ਬਣਾ ਲਓ ਆਖੋ ਸਭ ਨਾਲ। ਸ੍ਰੀ ਵਾਹਿਗੁਰੂ। ਇਹ ਵੱਡੀ ਮੰਗ ਆ, ਲੋਕੀ ਮਾਇਆ ਮੰਗਣ ਆ ਜਾਂਦੇ ਨੇ, ਦਾਤਾ ਮੰਗਣ ਆ ਜਾਂਦੇ ਨੇ, ਸ਼ੁਕਰਾਨਾ ਕਰਨ ਆਉਂਦੀ ਨਹੀਂ ਭਾਈ। ਨਹੀਂ, ਸਵੇਰ ਵੇਲੇ ਮੱਥਾ ਟੇਕਣ ਆਉਂਦੇ ਉਹ ਦਾਤਾ ਮੰਗਣ ਦੇ ਬਰਾਬਰ ਆ। ਸਵੇਰ ਵੇਲੇ ਦਾਤਾ ਮੰਗਣ ਆਉਂਦੇ ਆ, ਅਤੇ ਜਿਹੜਾ ਸ਼ਾਮਾਂ ਨੂੰ ਆਉਂਦਾ ਉਹ ਮਿਲੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਆਉਂਦਾ ਆਖੋ ਸਤਨਾਮ। ਬਈ ਮਾਲਕਾ ਇੰਨੀ ਕਿਰਪਾ ਕੀਤੀ, ਇੰਨੀਆਂ ਦਾਤਾਂ ਦਿੱਤੀਆਂ, ਇੰਨੇ ਸੁੱਖ ਦਿੱਤੇ, ਜੇ ਸ਼ਾਮਾਂ ਨੂੰ ਨਹੀਂ ਆਉਂਦੇ ਨਾ ਫਿਰ ਆਪਾਂ ਸ਼ੁਕਰਾਨਾ ਨਹੀਂ ਕਰਦੇ ਮਾਲਕ ਦਾ। ਮੈਂ ਬੜੇ ਲੋਕੀ ਵੇਖਦਾ ਹੁੰਦਾ ਦਾਤਾਂ ਮੰਗਣ ਸਵੇਰ ਵੇਲੇ ਆਉਂਦੇ ਨੇ, ਸ਼ਾਮਾਂ ਨੂੰ ਪੱਬਾਂ ਕਲੱਬਾਂ ਵਿੱਚ ਹੁੰਦੇ ਨੇ। ਨਹੀਂ, ਜਿਹੜੇ ਡਾਕਟਰ ਤੋਂ ਦਵਾਈ ਲੈਂਦੇ ਹੋ ਜਿੱਥੇ ਪਰਚੀ ਕਟਾਈ ਫੀਸ ਉੱਥੇ ਹੀ ਭਰਾਇਆ ਕਰੋ ਭਾਈ। ਇਹ ਨਹੀਂ ਵੀ ਦਵਾਈ ਕਿਤੋਂ ਲਈ, ਪਰਚੀ ਕਿਤੋਂ ਕਟਾਈ, ਫੀਸਾਂ ਕਿਤੇ ਭਰਾਉਂਦੇ ਫਿਰਦੇ ਹੋ। ਨਹੀਂ ਨਹੀਂ, ਮਾਲਕ ਦੇ ਚਰਨਾਂ ਵਿੱਚ ਆ ਕੇ ਮੰਗਿਆ ਕਰ, ਮਾਲਕ ਜੀ ਮੈਨੂੰ ਆਪਣਾ ਬਣਾਓ। ਸੇਵਾ ਦਾਸ ਵੀ ਕਹਿੰਦਾ ਮਹਾਰਾਜ ਮੈਨੂੰ ਆਪਣਾ ਬਣਾਓ। ਮਹਾਰਾਜ ਨੇ ਸਿਰ ਤੇ ਰੱਖਿਆ ਹੱਥ, ਮਹਾਰਾਜ ਕਹਿੰਦੇ ਕੁਝ ਹੋਰ ਮੰਗਣਾ ਉਹ ਵੀ ਮੰਗ। ਇਹਨੇ ਕੀ ਮੰਗਿਆ ਫਿਰ? ਕਹਿੰਦਾ ਮਹਾਰਾਜ ਕਿਰਪਾ ਕਰਿਓ, ਸਮਾਂ ਕੱਢ ਕੇ ਸਾਡੇ ਘਰ ਚਰਨ ਪਾਇਓ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਪ੍ਰੇਮ ਦੀ ਨਿਸ਼ਾਨੀ ਆ ਵੀ ਸਮਾਂ ਕੱਢ ਕੇ ਮਹਾਰਾਜ ਸਾਡੇ ਘਰ ਚਰਨ ਪਾਇਓ। ਮਹਾਰਾਜ ਨੇ ਇੱਕ ਬਚਨ ਕਿਹਾ, ਗੁਰੂ ਹਰਗੋਬਿੰਦ ਮਹਾਰਾਜ ਨੇ ਬਚਨ ਕਿਹਾ, ਕਹਿੰਦੇ ਭਾਈ ਬਾਣੀ ਵਿੱਚ ਕਥਨ ਆਇਆ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਮਹਾਰਾਜ ਕਹਿੰਦੇ ਜੇ ਦਾਣਾ ਪਾਣੀ ਬਣਿਆ ਆਵਾਂਗੇ, ਵਾਅਦਾ ਕੀਤਾ ਸੇਵਾ ਦਾਸ ਨਾਲ। ਹੁਣ ਸੇਵਾ ਦਾਸ ਜਦੋਂ ਮੁੜ ਕੇ ਜਾਂਦਾ ਨਾ ਕਸ਼ਮੀਰ,
ਇਹਦੀ ਮਾਂ ਨੇ ਵੇਖਿਆ ਭਾਗਾਂ ਭਰੀ ਨਾਮ ਆਇਆ, ਨਾਮ ਇਤਿਹਾਸ ਵਿੱਚ ਭਾਗ ਭਰੀ ਮਾਤਾ। ਜਦੋਂ ਮਾਤਾ ਨੇ ਵੇਖਿਆ ਬਈ ਇਹ ਪੰਜਾਬ ਦੀ ਯਾਤਰਾ ਕਰਕੇ ਆਇਆ, ਕੁਝ ਬਦਲਿਆ ਬਦਲਿਆ ਲੱਗਦਾ, ਹਰ ਵੇਲੇ ਜਪਦਾ ਹੀ ਰਹਿੰਦਾ ਕੁਝ ਨਾ ਕੁਝ, ਮਹਾਰਾਜ ਦੀ ਬਾਣੀ ਦਾ ਫਰਮਾਨ, ਜਪ ਮਨ ਸਤਨਾਮ ਸਦਾ ਸਤਨਾਮ, ਐ ਮੇਰਿਆ ਮਨਾ ਸਦਾ ਜਪਿਆ ਕਰ, ਕਦੇ ਕਦੇ ਨਹੀਂ। ਸੇਵਾ ਦਾਸ ਨੂੰ ਰੰਗ ਲੱਗ ਗਿਆ, ਜਪੀ ਜਾਇਆ ਕਰੇ, ਜਪੀ ਜਾਇਆ ਕਰੇ, ਵਾਹਿਗੁਰੂ 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 ਜਾਪ। ਮਾਂ ਨੇ ਵੇਖ ਲਿਆ ਇਹ ਚੇਂਜ ਹੋ ਗਿਆ, ਬਦਲ ਗਿਆ। ਜਦੋਂ ਮਾਂ ਨੇ ਪੁੱਛਿਆ ਪੁੱਤਰਾ ਤੈਨੂੰ ਹੋ ਕੀ ਗਿਆ, ਤੇਰੀਆਂ ਅੱਖਾਂ ਵਿੱਚੋਂ ਹੰਝੂ ਵਹਿੰਦੇ ਨੇ, ਇਹ ਕਹਿੰਦਾ ਮਾਂ ਮੈਂ ਦਰਸ਼ਨ ਕਰਕੇ ਨਿਹਾਲ ਹੋ ਗਿਆ। ਆਖੋ ਸਤਨਾਮ, ਮੇਰਾ ਜੀਵਨ ਬਦਲ ਗਿਆ। ਪੜਿਓ, ਜਿਨ੍ਹਾਂ ਤੇ ਕਿਰਪਾ ਦਾ ਮੀਂਹ ਪੈਂਦਾ ਉਹ ਕਹਿੰਦੇ ਨੇ, ਜਿਹਨੂੰ ਪਤਾ ਹੁੰਦਾ ਵੀ ਸਾਰੀ ਜ਼ਿੰਦਗੀ ਠੇਕੇ ਵਿੱਚ ਲੰਘ ਗਈ, ਸਾਰੀ ਜ਼ਿੰਦਗੀ ਪਾਪਾਂ ਵਿੱਚ ਲੰਘ ਗਈ, ਜੇ ਨਾਮ ਦਾ ਰੰਗ ਲੱਗਦਾ ਉਹਦੀ ਕਿਰਪਾ ਦਾ ਮੀਂਹ ਪੈਂਦਾ। ਆਖੋ ਸਤਨਾਮ, ਸ੍ਰੀ ਵਾਹ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮਿਹਰ ਗੁਰਾਂ ਦੀ ਹੋ ਗਈ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮਿਹਰ ਗੁਰਾਂ ਦੀ ਹੋ ਗਈ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ
ਮਿਹਰ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਕਿਰਪਾ ਗੁਰਾਂ ਦੀ ਹੋ ਗਈ। ਆਪਾਂ ਜੇ ਮਾਲਕ ਦੇ ਚਰਨਾਂ ਵਿੱਚ ਆਉਂਦੇ ਹਾਂ, ਕਿਰਪਾ ਮੰਗਣ ਆਉਂਦੇ ਹਾਂ। ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਰੰਗ ਲੱਗ ਜੇ, ਮੈਂ ਵੇਖਦਾ ਪਿਆ ਮਾਤਾ ਕੁਲਵੰਤ ਕੌਰ ਜੀ ਦੇ ਪਰਿਵਾਰ ਨੂੰ ਬਹੁਤ ਰੰਗ ਲੱਗਿਆ ਹੋਇਆ ਸੀ, ਬਹੁਤ ਕਿਰਪਾ ਸੀ। ਗੁਰੂ ਘਰ ਦਾ ਪ੍ਰੇਮ, ਗੁਰੂ ਘਰ ਦੀ ਸੇਵਾ, ਭਾਵੇਂ ਨਾਮਧਾਰੀ ਪਰਿਵਾਰ ਆ ਪਰ ਗੁਰੂ ਘਰ ਤੇ ਸ਼ਰਧਾ ਬਹੁਤ ਸੀ, ਬਹੁਤ ਪ੍ਰੇਮ। ਇਹ ਬਿਰਲਿਆਂ ਦਾ ਹੁੰਦਾ। ਹੁਣ ਜਦੋਂ ਮਾਤਾ ਭਾਗ ਭਰੀ ਨੇ ਵੇਖਿਆ, ਕਹਿੰਦੀ ਪੁੱਤਰਾ ਹਰ ਵੇਲੇ ਜੱਪੀ ਜਾਂਦਾ ਹਰ ਵੇਲੇ। ਇਹ ਕਹਿੰਦਾ ਮਾਂ ਮੈਂ ਸਤਿਗੁਰ ਦੇ ਦਰਸ਼ਨ ਕਰਕੇ ਆਇਆ, ਰੰਗ ਲੱਗ ਗਿਆ। ਮਾਂ ਕਹਿੰਦੀ ਪੁੱਤਰਾ ਦਰਸ਼ਨ ਤੇ ਦੁਨੀਆ ਹੀ ਕਰਦੀ ਆ, ਨਿਹਾਲ ਵੀ ਬੜੇ ਹੁੰਦੇ ਹੋਣਗੇ ਪਰ ਤੇਰੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਵਹਿੰਦੇ ਰਹਿੰਦੇ ਨੇ। ਇਹ ਕਹਿੰਦਾ ਮਾਂ ਮੇਰਾ ਮਨ ਬੈਰਾਗੀ ਹੋ ਗਿਆ। ਜਿਹੜੇ ਬੰਦੇ ਨੂੰ ਪਾਣੀ ਦੀ ਪਿਆਸ ਲੱਗਦੀ ਆ ਨਾ, ਆ ਨੋਟ ਕਰਿਓ, ਉਹ ਪਾਣੀ ਪਾਣੀ ਕਰਦਾ ਫਿਰਦਾ ਹੁੰਦਾ। ਜਿਹੜੇ ਬੰਦੇ ਨੂੰ ਪਾਣੀ ਦੀ ਪਿਆਸ ਨਹੀਂ, ਭਾਵੇਂ ਸਮੁੰਦਰ ਦੇ ਕੰਢੇ ਖੜਾ ਹੋਵੇ ਉਹ ਨਹੀਂ ਤੱਕਦਾ ਹੁੰਦਾ। ਜਿਹਨੂੰ ਪਾਣੀ ਦੀ ਪਿਆਸ ਲੱਗੇ ਉਹ ਪਾਣੀ ਪਾਣੀ ਕਰਦਾ ਹੁੰਦਾ। ਜਿਹੜੇ ਬੰਦੇ ਨੂੰ ਪ੍ਰਸ਼ਾਦੇ ਦੀ ਭੁੱਖ ਲੱਗੇ ਉਹ ਪਾਣੀ ਨਹੀਂ ਮੰਗਦਾ, ਨੋਟ ਕਰਿਓ। ਤੇ ਜਿਨ੍ਹਾਂ ਦਾ ਮਨ ਬੈਰਾਗੀ ਆ ਉਹ ਦਰਸ਼ਨ ਮੰਗਦੇ ਨੇ, ਉਹ ਪ੍ਰਸ਼ਾਦੇ ਨਹੀਂ ਮੰਗਦੇ, ਉਹ ਪ੍ਰਸ਼ਾਦ ਮੰਗਦੇ ਨੇ। ਮੇਰੇ ਰਾਜਨ ਮੈਂ ਬੈਰਾਗੀ, ਮੇਰੇ ਰਾਜਨ ਮੈਂ ਬੈਰਾਗੀ ਜੋਗੀ ਹੋ ਗਿਆ। 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 ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ, ਮਨ ਬੈਰਾਗ ਪਿਆ
ਦਰਸ਼ਨ ਦੇਖਣੇ ਕਾ ਚਾਉ ਮਨ ਬੈਰਾਗ, ਦਰਸ਼ਨ ਦੇਖਣੇ ਕਾ ਚਾਉ ਮਨ ਬੈਰਾਗ ਪਿਆ, ਦਰਸ਼ਨ ਦੇਖਣੇ ਕਾ ਚਾਉ, 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 ਮਨ ਬੈਰਾਗ ਪਿਆ ਜੀ ਦਰਸ਼ਨ ਦੇਖਣੇ ਕਾ, ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ, 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 ਕਹਿੰਦਾ ਮਾਂ ਮੇਰੀਏ ਮੈਂ ਦਰਸ਼ਨ ਕਰਕੇ ਆਇਆ ਗੁਰੂ ਹਰਗੋਬਿੰਦ ਮਹਾਰਾਜ ਦੇ। ਕਹਿੰਦੇ ਬੈਰਾਗ ਲੱਗ ਗਿਆ ਮਨ ਨੂੰ, ਉਹਨਾਂ ਦੇ ਦਰਸ਼ਨ ਪਹਿਲਾਂ ਕਿਉਂ ਨਾ ਹੋਏ, ਜਿਹੜਾ ਹੁਣ ਆਨੰਦ ਆਉਂਦਾ ਪਹਿਲਾਂ ਕਿਉਂ ਨਹੀਂ ਆਇਆ, ਜਿਹੜਾ ਉਹਨਾਂ ਦੇ ਦਰਸ਼ਨਾਂ ਤੋਂ ਬਿਨਾਂ ਸਮਾਂ ਲੰਘਿਆ ਨਾ ਉਹ ਮੇਰਾ ਲੇਖੇ ਵਿੱਚ ਨਹੀਂ ਪਿਆ। ਕਹਿੰਦਾ ਮੈਨੂੰ ਪਛਤਾਵਾ ਲੱਗਿਆ ਪਿਆ ਮਹਾਰਾਜ ਪਹਿਲਾਂ ਕਿਉਂ ਨਾ ਮਿਲੇ, ਮਾਂ ਪਹਿਲਾਂ ਕਿਰਪਾ ਕਿਉਂ ਨਾ ਹੋਈ। ਮਾਤਾ ਕਹਿੰਦੀ ਪੁੱਤਰਾ ਇੰਨਾ ਆਨੰਦ ਆ ਗਿਆ ਦਰਸ਼ਨ ਕਰਕੇ। ਇਹ ਕਹਿੰਦਾ ਮਾਂ ਜਿਹੜਾ ਦਰਸ਼ਨ ਕਰ ਲੈਂਦਾ ਉਹਦਾ ਜੰਮਣਾ ਮਰਨਾ ਕੱਟ ਦਿੰਦੇ ਨੇ, ਆਖੋ ਸਤਨਾਮ ਸ੍ਰੀ ਵਾ, ਉਹਦਾ ਜੰਮਣਾ ਮਰਨਾ ਕੱਟਿਆ ਜਾਂਦਾ ਜਿਹੜਾ ਦਰਸ਼ਨ ਕਰ ਲੈਂਦਾ। ਫਿਰ ਮਾਂ ਨੂੰ ਰੰਗ ਲੱਗਦਾ, ਵੇਖਿਓ ਕਈ ਮਾਂ ਪਿਓ ਜੁੜੇ ਹੋਣ ਬੱਚੇ ਆਪਣੇ ਆਪ ਜੁੜ ਜਾਂਦੇ ਨੇ ਵੇਖ ਕਈ, ਪਰ ਕਈਆਂ ਦੀ ਖੇਡ ਉਲਟੀ ਹੁੰਦੀ ਆ, ਪਹਿਲਾਂ ਬੱਚੇ ਜੁੜਦੇ ਨੇ ਫਿਰ ਮਾਂ ਪਿਓ ਨੂੰ ਰੰਗ ਲੱਗਦਾ। ਹੁਣ ਮਾਤਾ ਭਾਗ ਭਰੀ ਨੂੰ ਰੰਗ ਲੱਗਿਆ, ਕਹਿੰਦੀ ਪੁੱਤਰਾ ਤੂੰ ਤੇ ਦਰਸ਼ਨ ਕਰਿਆ ਓ, ਤੇਰਾ ਜੰਮਣਾ ਮਰਨਾ ਕੱਟਿਆ ਗਿਆ, ਮੇਰਾ ਵੀ ਵਿਚੋਲਾ ਬਣ, ਮੇਰਾ ਵੀ ਜੰਮਣਾ ਮਰਨਾ ਕੱਟਿਆ ਜਾਏ। ਸੇਵਾਦਾਸ ਕਹਿੰਦਾ ਮਾਂ ਟੇਢੇ ਮੇਢੇ ਰਾਮਾਂ ਵਿੱਚ, ਟੇਢੇ ਮੇਢੇ ਰਾਮਾਂ ਵਿੱਚ ਕਿਵੇਂ ਲੰਘ ਗਿਆ ਮੈਂ ਪਤਾ ਹੀ ਨਹੀਂ ਲੱਗਿਆ, ਪਰ ਬਿਰਧ ਸਰੀਰ ਆ ਤੇਰਾ ਮਾਂ, ਜਿੰਦ ਬੁੱਢੀ ਹੋ ਗਈ, ਤੁਰਨਾ ਔਖਾ ਹੋ ਜਾਣਾ, ਪਿੰਡਾ ਲੰਮਾ ਹੈ, ਹਾਂ ਜੇ ਭਾਵਨਾ ਬਣਾ ਕੇ ਬਹਿ ਜਾਏ ਮਹਾਰਾਜ ਆਪ ਆ ਕੇ ਦਰਸ਼ਨ ਦੇ ਜਾਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਨਰਾਇਣ ਸਿੰਘ ਜੀ ਮੋਨੀ ਫਿਰ ਧਾਰਨਾ ਪੜ੍ਹਦੇ ਹੁੰਦੇ ਸੀ ਤਪਾ ਦਰਾਜ ਮੋਹਾਲੀ ਵਾਲੇ, ਮਾਤਾ ਭਾਗ ਭਰੀ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬਹਿ ਜਿਆ ਕਰੇ, ਧਿਆਨ ਲਾ ਕੇ ਬੈਠਿਆ ਕਰੇ, ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਐ ਮਾਲਕ ਜੀ, ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਰ ਮਾਲਕਾ, ਮਾਲਕ ਜੀ ਤੇਰੇ ਪ੍ਰੇਮ ਦੀ ਤਾਰ ਵੱਜ ਰਹੀ ਆ, ਮੈਂ ਤਾਂ ਰੋਜ਼ ਉਡੀਕਾਂ ਤੈਨੂੰ, ਪ੍ਰੇਮ ਵਾਲਾ ਉਡੀਕਾਂ ਕਰਦਾ ਹੁੰਦਾ,
ਜਿਹਦਾ ਪ੍ਰੇਮ ਨਹੀਂ, ਜਿਹਦੀ ਫਾਰਮੈਲਿਟੀ ਆ, ਉਹ ਨਹੀਂ ਉਡੀਕਾਂ ਕਰਦਾ ਹੁੰਦਾ। ਮਾਤਾ ਭਾਗ ਭਰੀ ਉਡੀਕਾਂ ਕਰਿਆ ਕਰੇ, ਤੇ ਨਾਲੇ ਮਨ ਵਿੱਚ ਖਿਆਲ ਆ ਗਿਆ, ਮਨਾ ਜਦੋਂ ਮਹਾਰਾਜ ਆਉਣਗੇ ਨਾ, ਆਉਣਗੇ ਭੇਟਾ ਕੀ ਕਰਾਂ। ਕਹਿੰਦੇ ਚਰਖਾ ਚੁੱਕਿਆ, ਸੂਤ ਕੱਤਦੀ ਪਈ ਆ, ਸੂਤ ਕੱਤ ਕੱਤ ਕੇ ਖੱਦਰ ਦਾ ਚੋਲਾ ਸਾਹਿਬ ਤਿਆਰ ਕਰਾਂ, ਜਦੋਂ ਮਹਾਰਾਜ ਆਉਣਗੇ ਉਹਨਾਂ ਨੂੰ ਚੋਲਾ ਸਾਹਿਬ ਭੇਟਾ ਕਰਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਚੋਲਾ ਸਾਹਿਬ ਤਿਆਰ ਕੀਤਾ, ਉੱਚੀ ਥਾਂ ਤੇ ਰੱਖਿਆ, ਤੇ ਨਾਲੇ ਪੜਿਆ ਕਰੇ, ਮੈਂ ਤਾਂ ਰੋਜ਼ ਉਡੀਕਾਂ ਤੈਨੂੰ। ਮਾਲਕ ਜੀ ਤੇਰੀਆਂ ਉਡੀਕਾਂ ਨੇ, ਕਦੋਂ ਆਪ ਜੀ ਆਉਂਗੇ, ਚੋਲਾ ਸਾਹਿਬ ਪਹਿਨੋਗੇ, ਮਹਾਰਾਜ ਮੇਰੀ ਭਾਵਨਾ ਪੂਰੀ ਕਰੋ। ਮੈਂ ਤਾਂ ਰੋਜ਼ ਉਡੀਕਾਂ ਤੈਨੂੰ, ਦੇ ਦੀਦਾਰ ਮਾਲਕਾ, ਹਰ ਦਮ ਰਹਿੰਦੀ ਦਿਲ ਵਿੱਚ ਵੱਜਦੀ, ਕਦੇ ਕਦੇ ਨਹੀਂ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਿੱਥੋਂ ਬੇਨਤੀ ਆਰੰਭ ਕੀਤੀ, ਧਨਾਸਰੀ ਰਾਗ ਦਾ ਬਚਨਾ, ਹਮ ਆਦਮੀ ਹਾਂ ਇਕਦਮੀ, ਮਹਾਰਾਜ ਪਹਿਲਾਂ ਤੁਸੀਂ ਆਓਗੇ, ਕਿਤੇ ਪੋਲਾ ਪਹਿਲਾਂ ਮੌਤ ਨਾ ਆ ਜੇ ਮਹਾਰਾਜ, ਹਾਂ ਇੱਕ ਵਾਰੀ ਤੇਰੇ ਦਰਸ਼ਨ ਹੋ ਜਾਣ, ਫਿਰ ਭਾਵੇਂ ਦੂਜੇ ਪਲ ਮੌਤ ਆ ਜੇ, ਫਿਰ ਨਹੀਂ ਪਰਵਾਹ। ਇਹ ਪ੍ਰੇਮ ਵਾਲੇ ਨੇ ਜਿਨ੍ਹਾਂ ਨੇ ਮਾਲਕ ਜੀ ਨੂੰ ਆਪਣਾ ਬਣਾਇਆ, ਉਹ ਕਹਿੰਦੇ ਨੇ ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਆਪਣੇ ਆਪ ਤੇ ਮਾਣ ਨਹੀਂ ਕਰਦੇ ਫਿਰ ਪ੍ਰੇਮ ਵਾਲੇ, ਆਪਣੇ ਗੁਰੂ ਤੇ ਮਾਣ ਕਰਦੇ। ਆਪਾਂ ਤੇ ਮਾਣ ਕਰੀ ਫਿਰਦੇ ਹਾਂ, ਮੇਰੀ ਗੱਡੀ, ਮੇਰੀਆਂ ਜ਼ਮੀਨਾਂ, ਮੇਰੀ ਕੋਠੀ, ਮੇਰੇ ਪੁੱਤਰ, ਮੇਰੀਆਂ ਧੀਆਂ, ਨਹੀਂ। ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਮੇਰੀਏ ਮਿੱਟੀ ਦੀਏ ਢੇਰੀਏ, ਤੈਨੂੰ ਕਾਹਦਾ ਮਾਣ ਹੋ ਗਿਆ। ਜਿੰਦੇ ਮੇਰੀਏ ਮਿੱਟੀ ਦੀਏ ਢੇਰੀਏ, ਮੇਰੀਏ ਮਿੱਟੀ ਦੀਏ ਢੇਰੀਏ, ਮੇਰੀਏ ਮਿੱਟੀ ਦੀਏ ਢੇਰੀਏ, ਜਿੰਦੇ 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 ਮੇਰੀਏ ਮਿੱਟੀ ਦੀਏ ਢੇਰੀਏ, ਮੇਰੀਏ ਮਿੱਟੀ ਦੀਏ ਢੇਰੀਏ।
ਮੇਰੀ ਮਿੱਟੀ ਦੀ ਢੇਰੀ ਜਿੰਦ 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 ਮੇਰੀ ਮਿੱਟੀ ਦੀ ਢੇਰੀ ਤੈਨੂੰ ਕਾਹਦਾ ਮਾਣ ਹੋ ਗਿਆ ਮੇਰੀ ਮਿੱਟੀ ਦੀ ਢੇਰੀ ਤੈਨੂੰ ਕਾਹਦਾ ਮਾਣ ਹੋ ਗਿਆ ਜਿੰਦ ਮੇਰੀ ਮਿੱਟੀ ਦੀ ਢੇਰੀ ਤੈਨੂੰ ਕਾਹਦਾ ਮਾਣ ਹੋ ਗਿਆ ਜਿੰਦ ਮੇਰੀ ਮਿੱਟੀ ਦੀ ਢੇਰੀ ਤੈਨੂੰ ਕਾਹਦਾ ਮਾਣ ਹੋ ਗਿਆ ਜਿੰਦ ਮੇਰੀ ਮਿੱਟੀ ਦੀ ਢੇਰੀ ਤੈਨੂੰ ਕਾਹਦਾ ਮਾਣ ਹੋ ਗਿਆ ਮੇਰੀ ਮਿੱਟੀ ਦੀ ਢੇਰੀ ਤੈਨੂੰ ਕਾਹਦਾ ਮਾਣ ਹੋ ਗਿਆ ਮਤ ਤੂੰ ਮਾਣ ਕਰੇ ਮੇਰੇ ਪਿਆਰੇ ਮਹਾਰਾਜ ਕਹਿੰਦੇ ਆਪਣੇ ਆਪ ਤੇ ਮਾਣ ਨਾ ਕਰਿਆ ਆਪਣੇ ਆਪ ਤੇ ਕੀਤਾ ਮਾਣ ਮਾਰ ਜਾਂਦਾ ਆਪਣੇ ਗੁਰੂ ਤੇ ਕੀਤਾ ਮਾਣ ਤਾਰ ਜਾਂਦਾ ਆਖੋ ਸਤਨਾਮ ਸ੍ਰੀ ਵਾਹ ਜੇ ਮਾਣ ਕਰਨਾ ਆਪਣੇ ਆਪੇ ਤੇ ਨਹੀਂ ਆਪਣੇ ਗੁਰੂ ਤੇ ਮਾਣ ਕਰਿਆ ਕਰ ਤੇਰੀਆਂ ਦਰਗਾਹ ਤੱਕ ਜੈ ਜੈਕਾਰਾਂ ਹੋ ਜਾਣ ਮਾਤਾ ਭਾਗ ਭਰੀ ਕਹਿੰਦੇ ਸੂਤ ਕੱਤ ਕੱਤ ਕੇ ਖੱਦਰ ਦਾ ਚੋਲਾ ਸਾਹਿਬ ਤਿਆਰ ਕੀਤਾ ਮਹਾਰਾਜ ਇਹ ਮਨ ਬੈਰਾਗੀ ਦੀਆਂ ਖੇਡਾਂ ਨੇ ਜਦੋਂ ਦੁਨੀਆਂ ਨੂੰ ਭੁੱਲ ਜਾਂਦੇ ਹਾਂ ਜਦੋਂ ਸੰਸਾਰ ਹੇਠਾਂ ਹੋ ਜਾਂਦਾ ਮਾਲਕ ਦਾ ਪ੍ਰੇਮ ਉੱਤੇ ਹੋ ਜਾਂਦਾ ਇਹ ਉਹ ਖੇਡਾਂ ਨੇ ਮਹਾਰਾਜ ਪਹਿਲਾਂ ਆਪ ਜੀ ਆਉਂਗੇ ਕਿਤੇ ਪਹਿਲਾਂ ਮੌਤ ਨਾ ਆ ਜੇ ਹਾਂ ਇੱਕ ਵਾਰੀ ਤੁਹਾਡੇ ਦਰਸ਼ਨ ਹੋ ਜਾਣ ਫਿਰ ਭਾਵੇਂ ਮੌਤ ਵੀ ਆ ਜੇ ਫਿਰ ਪਰਵਾਹ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਮਾਤਾ ਭਾਗ ਭਰੀ ਦੋਵੇਂ ਹੱਥ ਜੋੜ ਕੇ ਅਰਦਾਸਾਂ ਲੋਕੀ ਕਰਦੇ ਨੇ ਨਾ ਪਰ ਮੈਨੂੰ ਮਾਫ ਕਰਿਓ ਕਈ ਤੇ ਹੱਥ ਵੀ ਨਹੀਂ ਜੋੜਦੇ ਅਰਦਾਸ ਵਿੱਚ ਤੇ ਬਹੁਤਿਆਂ ਦੇ ਪੈਰ ਵੀ ਨਹੀਂ ਜੁੜਦੇ ਲੱਤਾਂ ਖੁੱਲੀਆਂ ਕਰਕੇ ਖੜੇ ਹੁੰਦੇ ਨੇ ਨਹੀਂ ਇਹ ਸਿੱਖਣਾ ਪੈਂਦਾ ਹੱਥ ਵੀ ਜੋੜਿਆ ਕਰ ਪੈਰ ਵੀ ਜੋੜਿਆ ਕਰ ਵੱਡੀ ਗੱਲ ਮਨ ਵੀ ਜੁੜੇ ਜੇ ਮਨ ਖਿੰਡਿਆ ਰਹਿ ਗਿਆ ਨਾ ਆਲੇ ਦੁਆਲੇ ਫੇਰ ਨਹੀਂ ਗੱਲ ਬਣਦੀ ਜਿਹੜੇ ਜਨ ਬਣ ਕੇ ਅਰਦਾਸਾਂ ਕਰ ਲੈਣ ਮਾਤਾ ਭਾਗ ਭਰੀ ਨੇ ਸਮਾਧੀ ਵਿੱਚ ਬੈਠੀ ਨੇ ਮਨ ਜੋੜਿਆ ਅਰਦਾਸ ਕੀਤੀ ਮਾਤਾ ਕਸ਼ਮੀਰ ਵਿੱਚ ਬੈਠੀ ਹੈ ਮਹਾਰਾਜ ਅੰਮ੍ਰਿਤਸਰ ਸਾਹਿਬ ਬੈਠੇ ਨੇ ਬਿਰਾਜਮਾਨ ਪ੍ਰੇਮ ਦੀ ਅਰਦਾਸ ਪਹੁੰਚ ਗਈ ਮਹਾਰਾਜ ਦੇ ਦਰਬਾਰ ਵਿੱਚ ਬਾਬਾ ਬੁੱਢਾ ਜੀ ਸਾਹਿਬ ਨੂੰ ਮਹਾਰਾਜ ਨੇ ਫਿਰ ਕਿਹਾ ਬਾਬਾ ਜੀ ਸਾਰੀ ਕਾਰ ਸੇਵਾ ਤੁਸੀਂ ਸੰਭਾਲੋ ਅਸੀਂ ਜਾਣਾ ਬਾਬਾ ਬੁੱਢਾ ਜੀ ਸਾਹਿਬ ਕਹਿੰਦੇ ਮਹਾਰਾਜ ਕਿੱਥੇ ਜਾਣਾ ਮਹਾਰਾਜ ਕਹਿੰਦੇ ਕਸ਼ਮੀਰ ਦੀ ਯਾਤਰਾ ਤੇ ਜਾਣਾ ਮਹਾਰਾਜ ਕੋਈ ਸਮਾਂ ਤੇ ਬਣਾਇਆ ਨਹੀਂ ਕੋਈ ਪ੍ਰੋਗਰਾਮ ਤੇ ਉਲੀਕਿਆ ਨਹੀਂ ਮਹਾਰਾਜ ਕਹਿੰਦੇ ਆਪਣੇ ਜੋ ਸੱਦ ਰਹੇ ਨੇ ਭਾਈ ਵੀਰ ਸਿੰਘ ਜੀ ਆਪਣੀ ਰਚਨਾ 'ਚ ਲਿਖਦੇ ਨੇ ਆਪਣੇ ਜੋ ਸੱਦ ਰਹੇ ਨੇ ਹੁਣ ਜਾਣਾ ਪੈਣਾ ਬਾਬਾ ਬੁੱਢਾ ਜੀ ਸਾਹਿਬ ਨੂੰ ਸਾਰੀ ਕਾਰ ਸੇਵਾ ਸੰਭਾਲੀ ਮਹਾਰਾਜ ਘੋੜੇ ਤੇ ਸਵਾਰ ਹੋਏ ਚਾਲਾ ਪਾਇਆ ਪੈਂਡਾ ਮੁਕਾ ਕੇ ਜਦੋਂ ਕਸ਼ਮੀਰ ਦੀ ਧਰਤੀ ਤੇ ਪਹੁੰਚ ਗਏ ਮਾਤਾ ਭਾਗ ਭਰੀ ਦੇ ਦਰਵਾਜ਼ੇ ਅੱਗੇ ਮਹਾਰਾਜ ਜਦੋਂ ਗਏ ਜਿਹੜਾ ਸੇਵਾਦਾਸ ਪੁੱਤਰ ਸੀ ਮਾਤਾ ਦਾ ਪਹਿਰੇ ਤੇ ਖਲੋਤਾ ਸੀ ਪਹਿਰੇ ਤੇ ਉਹਨੇ ਵੇਖ ਲਿਆ ਮਹਾਰਾਜ ਆਏ ਨੇ ਮਹਾਰਾਜ ਆਏ ਨੇ ਮਾਂ ਨੂੰ ਆਵਾਜ਼ਾਂ ਮਾਰਦਾ ਉੱਚੀ ਉੱਚੀ ਕਹਿੰਦਾ ਮਾਂ ਜਿਨ੍ਹਾਂ ਦੀਆਂ ਉਡੀਕਾਂ ਵਿੱਚ ਬੈਠੀ ਸੈਂ ਉਹ ਆ ਗਏ ਨੇ ਗਰੀਬ ਨਿਵਾਜ਼ ਚਾਹ ਚੜ੍ਹ ਗਿਆ
ਪ੍ਰੇਮ ਨਾਲ ਅੰਦਰ ਲੰਘਾਇਆ ਬਿਠਾਇਆ। ਮਹਾਰਾਜ ਮੈਂ ਜਲ ਪਾਣੀ ਤਿਆਰ ਕਰਾਂ, ਪ੍ਰਸ਼ਾਦਾ ਪਾਣੀ ਤਿਆਰ ਕਰਾਂ, ਭੁੱਖ ਲੱਗੀ ਹੋਏਗੀ। ਪ੍ਰੇਮ ਦੇ ਬੱਧੇ ਮਹਾਰਾਜ ਕਹਿੰਦੇ ਮਾਂ ਭੁੱਖ ਲੱਗੀ ਆ ਪਰ ਪ੍ਰਸ਼ਾਦਿਆਂ ਦੀ ਨਹੀਂ ਲੱਗੀ। ਫਿਰ ਭੁੱਖ ਕਾਹਦੀ ਲੱਗੀ? ਮਹਾਰਾਜ ਕਹਿੰਦੇ ਜਿਹੜਾ ਚੋਲਾ ਸਾਹਿਬ ਬਣਾ ਕੇ ਰੱਖਿਆ, ਨਿੱਤ ਅਗਰਬੱਤੀਆਂ ਲਾਉਂਦੇ ਹੋ, ਨਿੱਤ ਅਤਰ ਫਲੇਰ ਲਾਉਂਦੇ ਹੋ, ਸੁਗੰਧੀਆਂ ਲਾਉਂਦੇ ਹੋ ਚੋਲਾ ਸਾਹਿਬ ਨੂੰ। ਮਹਾਰਾਜ ਕਹਿੰਦੇ ਜੇ ਭੁੱਖ ਲੱਗੀ ਆ ਚੋਲਾ ਸਾਹਿਬ ਪਹਿਨਣ ਦੀ ਭੁੱਖ ਲੱਗੀ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਚੋਲਾ ਸਾਹਿਬ ਭੇਟਾ ਕੀਤਾ, ਮਾਤਾ ਨੇ ਮਹਾਰਾਜ ਨੇ ਚੋਲਾ ਸਾਹਿਬ ਪਹਿਨਿਆ, ਮਾਤਾ ਦੀ ਭਾਵਨਾ ਪੂਰੀ ਕੀਤੀ। ਸੱਤ ਦਿਨ ਰਹੇ ਮਹਾਰਾਜ। ਆ ਨੋਟ ਕਰਿਓ, ਸਮਾਂ ਸਮਾਪਤੀ ਦਾ ਨੇੜੇ ਆ, ਪੰਜ ਦਸ ਮਿੰਟ ਦੀ ਹਾਜ਼ਰੀ ਬਾਕੀ ਆ। ਮਾਤਾ ਭਾਗ ਭਰੀ, ਸੱਤ ਦਿਨ ਮਹਾਰਾਜ ਰਹੇ, ਬੜੀ ਸੰਗਤ ਆਇਆ ਕਰੇ, ਬੜੀਆਂ ਜੈ ਜੈਕਾਰਾਂ, ਬੜਾ ਆਨੰਦ ਬਣਿਆ। ਮਹਾਰਾਜ ਦੇ ਦਰਸ਼ਨ ਕਰਕੇ ਸੰਗਤਾਂ ਨਿਹਾਲ ਹੋਇਆ ਕਰਨ। ਸੱਤਾਂ ਦਿਨਾਂ ਬਾਅਦ ਮਹਾਰਾਜ ਕਹਿੰਦੇ ਹੁਣ ਜਾਣਾ, ਮਾਤਾ ਜੀ ਆਗਿਆ ਦਿਓ। ਮਾਤਾ ਭਾਗ ਭਰੀ, ਗਲ ਵਿੱਚ ਪੱਲਾ ਪਾ ਕੇ ਕਹਿੰਦੀ ਮਹਾਰਾਜ ਜੇ ਤੁਸਾਂ ਨੇ ਜਾਣਾ, ਅਸਾਂ ਨੇ ਵੀ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੇ ਘਰ ਵਿੱਚੋਂ ਜਾਣ ਦੀ ਗੱਲ ਕਰਦੇ ਨੇ ਵੀ ਅਸੀਂ ਵਾਪਸ ਜਾਣਾ, ਵਾਪਸ। ਤੇ ਮਾਤਾ ਭਾਗ ਭਰੀ ਦੁਨੀਆਂ ਤੋਂ ਜਾਣ ਦੀ ਗੱਲ ਕਰਦੀ ਹੈ। ਜਿਹੜੇ ਸਮਾਧੀ ਵਿੱਚ ਬਹਿੰਦੇ ਨੇ, ਜਿਹੜੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਉਹਨਾਂ ਨੂੰ 6 ਮਹੀਨੇ ਪਹਿਲਾਂ ਪਤਾ ਲੱਗ ਜਾਂਦਾ ਵੀ ਜਾਣਾ ਹੁਣ, ਭਾਵੇਂ ਦੱਸਣ ਤੇ ਭਾਵੇਂ ਨਾ ਦੱਸਣ। ਜਿਹੜੀ ਅੰਦਰਲੀ ਗੱਲਬਾਤ ਆ, ਜਿਹੜੀ ਅੰਦਰਲੀ ਹਿਲਜੁਲ ਆ, 6 ਮਹੀਨੇ ਪਹਿਲਾਂ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ, ਫਿਰ ਸਮਾਧੀ ਵਿੱਚ ਬਹਿਣ ਦਾ ਓਨਾ ਆਨੰਦ ਨਹੀਂ ਆਉਂਦਾ ਹੁੰਦਾ ਜਦੋਂ ਅੰਦਰ ਹਿਲਜੁਲ ਹੋ ਜਾਏ। ਜਿਹੜੇ ਕਮਰੇ ਵਿੱਚ ਤੁਸੀਂ ਨਿੱਤ ਜਾਂਦੇ ਹੋ ਨਾ, ਤੁਹਾਨੂੰ ਪਤਾ ਲੱਗ ਜਾਂਦਾ ਵੀ ਪੱਖਾ ਕਿੱਥੋਂ ਚੱਲੇਗਾ, ਲਾਈਟ ਕਿੱਥੋਂ ਜਗਦੀ ਹੈ। ਅਣਜਾਣ ਬੰਦਾ ਨਹੀਂ ਹਨੇਰੇ ਵਿੱਚ ਜਾ ਕੇ ਚਾਨਣ ਕਰ ਸਕਦਾ, ਅਣਜਾਣ ਬੰਦੇ ਨੂੰ ਭੇਜੋਗੇ ਦੂਜੇ ਪਾਸੇ ਟੱਕਰਾਂ ਮਾਰਦਾ ਰਹਿ ਜਾਂਦਾ। ਆਪਾਂ ਭੱਜ ਗਈ ਠਾਹ ਦੇਣੀ, ਲਾਈਟ ਜਗਾ ਲੈਂਦੇ ਹਾਂ। ਜਿਹੜਾ ਅੰਦਰ ਕਦੇ ਵੜਿਆ ਨਹੀਂ ਉਹਨੂੰ ਨਹੀਂ ਪਤਾ ਲੱਗਦਾ ਹੁੰਦਾ। ਹਾਂ, ਜਿਹੜਾ ਸਮਾਧੀ ਵਿੱਚ ਬਹਿੰਦਾ ਉਹਨੂੰ ਅੰਦਰਲੀ ਹਿਲਜੁਲ ਦਾ ਪਤਾ ਲੱਗ ਜਾਂਦਾ। ਸਵਾਸਾਂ ਦੀ ਗੰਢ ਖੁੱਲ ਜਾਏ ਫਿਰ ਸਮਾਧੀ ਵਿੱਚ ਬਹਿਣ ਦਾ ਓਨਾ ਆਨੰਦ ਨਹੀਂ ਆਉਂਦਾ ਹੁੰਦਾ। ਮਾਤਾ ਭਾਗ ਭਰੀ ਨੂੰ ਪਤਾ ਲੱਗ ਗਿਆ ਸੀ। ਜਦੋਂ ਮਹਾਰਾਜ ਕਹਿੰਦੇ ਅਸੀਂ ਜਾਣਾ, ਮਾਤਾ ਭਾਗ ਭਰੀ ਕਹਿੰਦੀ ਮਹਾਰਾਜ ਅਸਾਂ ਵੀ ਜਾਣਾ, 7 ਦਿਨ ਹੋਰ ਕਿਰਪਾ ਕਰੋ। ਬਸ 7 ਦਿਨ ਦਾ ਸਮਾਂ ਮੰਗ ਕੇ ਲਿਆ ਮਾਤਾ ਭਾਗ ਭਰੀ ਨੇ। ਬੜੀ ਸੰਗਤ ਆਈ, ਬੜਿਆਂ ਨੇ ਦਰਸ਼ਨ ਕੀਤੇ, ਅੱਜ ਉਹ ਵੀ 7 ਦਿਨ ਪੂਰੇ ਹੋ ਗਏ। ਤੇ ਮਾਤਾ ਭਾਗ ਭਰੀ ਫਿਰ ਜਾਂਦੀ ਵਾਰੀ ਚਰਨਾਂ ਤੇ ਮੱਥਾ ਟੇਕਦੀ ਆ। ਜਾਂਦੀ ਵਾਰੀ ਚਰਨਾਂ ਤੇ ਜਦੋਂ ਮੱਥਾ ਟੇਕਿਆ ਨਾ, ਹੱਥ ਜੋੜੇ ਇੱਕ ਬੇਨਤੀ ਕੀਤੀ। ਆਪਾਂ ਸਾਰੀ ਕਰਦੇ ਹਾਂ ਭਾਈ ਉਹ ਬੇਨਤੀ, ਕਿਹੜੀ ਬੇਨਤੀ? ਮਾਤਾ ਭਾਗ ਭਰੀ ਜਾਂਦੀ ਵਾਰੀ ਹੱਥ ਜੋੜੇ
ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ। ਇਹਦੀ ਟ੍ਰੈਵਲ ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, 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 ਪ੍ਰੇਮ ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ। ਭੁੱਲਾਂ ਕਰਿਓ ਮਾਫ ਮੇਰੀਆਂ, ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, ਭੁੱਲਾਂ ਕਰਿਓ ਮਾਫ ਮੇਰੀਆਂ, ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, ਭੁੱਲਾਂ ਕਰਿਓ ਮਾਫ ਮੇਰੀਆਂ, ਅੱਜ ਸਦਾ ਜੀ ਪ੍ਰੇਮ ਭੁੱਲਾਂ ਕਰਿਓ ਮਾਫ ਮੇਰੀਆਂ, ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, ਭੁੱਲਾਂ ਕਰਿਓ ਮਾਫ ਮੇਰੀਆਂ, ਅੱਜ ਸਦਾ ਜੀ ਪ੍ਰੇਮ ਵਾਲਾ ਆ ਗਿਆ, ਭੁੱਲਾਂ ਕਰਿਓ ਮਾਫ ਮੇਰੀਆਂ। ਜਾਂਦੀ ਵਾਰੀ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਜਾਨ ਨਿਕਲ ਗਈ ਆਖੋ ਸਦਨਾ। ਹਰ ਕੋਈ ਇੰਨੇ ਪ੍ਰੇਮ ਵਾਲਾ ਨਹੀਂ ਹੁੰਦਾ, ਕੋਈ ਕੋਈ ਰੂਹ ਹੁੰਦੀ ਆ ਜਿਹਦਾ ਅੰਤ ਵੇਲਾ ਮਹਾਰਾਜ ਦੇ ਚਰਨਾਂ 'ਚ ਲੰਘ ਜੇ, ਅੰਤ ਵੇਲਾ ਅੰਤਮ ਸਵਾਸ। ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ, ਨਾਲ ਦੀ ਨਾਲ ਜਾਨ ਨਿਕਲ ਗਈ। ਮਹਾਰਾਜ ਕਹਿੰਦੇ ਭਾਈ ਰੋਇਓ ਨਾ ਕੋਈ, ਇਹ ਗੁਰਮੁਖ ਰੂਹਾਂ ਨੇ, ਦੁਨੀਆਂ ਦੇ ਲੋਕੀ ਖਾਣ ਪੀਣ ਦਾ ਲਾਹਾ ਲੈਂਦੇ ਨੇ, ਜਿਹੜੇ ਗੁਰਮੁਖ ਨੇ ਉਹ ਨਾਮ ਜਪਣ ਦਾ ਲਾਹਾ ਲੈਂਦੇ ਨੇ, ਉਹ ਖਾਣ ਪੀਣ ਦਾ ਲਾਹਾ ਨਹੀਂ ਲੈਂਦੇ। ਆਓ ਇਸ ਜਿੰਦੜੀ ਦਾ ਕੀ ਪਰਵਾਸਾ, ਜਿਵੇਂ ਪਾਣੀ ਵਿੱਚ ਪਤਾਸਾ। ਅੰਤ ਵੇਲਾ ਸਵਾਰਿਆ, ਅੰਤਮ ਸੰਸਕਾਰ ਮਾਤਾ ਭਾਗ ਭਰੀ ਦਾ ਮਹਾਰਾਜ ਨੇ ਪਾਵਨ ਕਰ ਕਮਲਾਂ ਨਾਲ ਕੀਤਾ, ਪਾਵਨ ਹੱਥਾਂ ਨਾਲ। ਮਹਾਰਾਜ ਕਹਿੰਦੇ ਗੁਰਮੁਖ ਰੂਹਾਂ ਨੇ, ਰੋਇਓ ਨਾ ਭਾਈ ਕੋਈ, ਇਹ ਤੇ ਨਾਮ ਦਾ ਲਾਹਾ ਖੱਟ ਕੇ ਗਈਆਂ। ਦੁਨੀਆਂ ਦੇ ਲੋਕੀ ਖਾਣ ਪੀਣ ਦਾ ਲਾਹਾ ਲੈਂਦੇ ਨੇ, ਇਹਨਾਂ ਨੇ ਨਾਮ ਦਾ ਲਾਹਾ ਲਿਆ। ਮਹਾਰਾਜ ਦੀ ਬਾਣੀ ਦਾ ਫਰਮਾਨ, ਪ੍ਰਾਨੀ ਆਇਓ ਲਾਹਾ ਲੈਣ। ਮਹਾਰਾਜ ਕਹਿੰਦੇ ਓਏ ਬੰਦਿਆ, ਤੂੰ ਲਾਹਾ ਖੱਟਣ ਆਇਆ, ਇਸ ਜਿੰਦੜੀ ਦਾ ਕੀ ਪਰਵਾਸਾ, ਜਿਵੇਂ ਪਾਣੀ ਵਿੱਚ ਪਤਾਸਾ। ਪਤਾਸਾ ਪਾਣੀ ਵਿੱਚ ਪਾ ਦਿਓ, ਖੁਰ ਜਾਂਦਾ, ਪਰ ਯਾਦ ਰੱਖਿਓ ਉਹਦੀ ਹੋਂਦ ਨਹੀਂ ਮਿਟਦੀ। ਜਿਹੜੇ ਪਾਣੀ ਵਿੱਚ ਘੁਲ ਜਾਏਗਾ ਨਾ, ਉਹ ਪਾਣੀ ਵੀ ਮਿੱਠਾ ਹੋ ਜਾਂਦਾ। ਖੁਸ਼ਤਮਾ ਸ੍ਰੀ ਵਾਹ। ਇਸ ਜਿੰਦੜੀ ਦਾ ਕੀ ਪਰਵਾਸਾ, ਜਿਵੇਂ ਪਾਣੀ ਵਿੱਚ ਪਤਾਸਾ। ਅੱਗ ਦਾ ਮਹਿਲ ਹਵਾ ਦੀਆਂ ਨੀਹਾਂ,
ਨਾ ਏ ਤੋੜਾ ਨਾ ਏ ਮਾਸਾ, ਦੁਨੀਆ ਬਣੀ ਹੈ ਖੇਲ ਤਮਾਸ਼ਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਮੌਤ ਬਣੀ ਜ਼ਿੰਦਗੀ ਨੂੰ ਖਾਣੀ। ਜਦੋਂ ਸਾਡਾ ਜਨਮ ਹੁੰਦਾ ਸਾਡਾ ਮਰਨਾ ਲਿਖਿਆ ਜਾਂਦਾ, ਅੱਜ ਜਨਮ ਹੁੰਦਾ ਯਾਦ ਰੱਖੀ ਇੱਕ ਦਿਨ ਮਰ ਜਾਣਾ, ਅਸੀਂ ਮਰਨਾ ਲਿਖਾ ਕੇ ਆਏ ਹੋਏ ਹਾਂ। ਇੰਨਾ ਕੁ ਗਿਆਨ ਰੱਖਦੇ ਹੋ, ਜਿਹੜਾ ਬੰਦਾ ਘਰੋਂ ਨਹੀਂ ਤੁਰਦਾ ਨਾ ਉਹ ਨਹੀਂ ਪਹੁੰਚਦਾ ਹੁੰਦਾ, ਜਿਹੜਾ ਘਰੋਂ ਤੁਰ ਪਵੇ ਉਹਨੇ ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ ਨੇ ਪਹੁੰਚ ਜਾਣਾ। ਮੈਂ ਇਹ ਕਹਿਣਾ ਚਾਹੁੰਦਾ ਜਦੋਂ ਸਾਡਾ ਜਨਮ ਹੁੰਦਾ ਮੌਤ ਉਸੇ ਵੇਲੇ ਸਾਡੇ ਵੱਲ ਤੁਰ ਪੈਂਦੀ ਹੈ। ਪੈਂਡਾ ਤੈਅ ਕਰਦੇ ਹਾਂ ਸਾਲ ਲੱਗੇ, 20 ਸਾਲ ਲੱਗਣ, 50 ਸਾਲ ਲੱਗਣ, ਇਹ ਆਪਾਂ ਨਹੀਂ ਜਾਣਦੇ। ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਮੌਤ ਉਸੇ ਵੇਲੇ ਸਾਡੇ ਵੱਲ ਚੱਲ ਪੈਂਦੀ ਹੈ ਜਦੋਂ ਸਾਡਾ ਜਨਮ ਹੁੰਦਾ। ਮੌਤ ਬਣੀ ਜ਼ਿੰਦਗੀ ਨੂੰ ਖਾਣੀ, ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ। ਜਿਹੜਾ ਹੜ੍ਹ ਦਾ ਪਾਣੀ ਹੁੰਦਾ ਨਾ ਸਾਰੇ ਬੰਨੇ ਭੰਨ ਕੇ ਲੰਘ ਜਾਂਦਾ ਭਾਈ, ਹੜ੍ਹ ਦਾ ਪਾਣੀ। ਇੱਥੇ ਬੈਠ ਕਿਸੇ ਨਹੀਂ ਰਹਿਣਾ, ਮੱਲਣਾ ਹੋਰ ਟਿਕਾਣਾ ਹੋ, ਦੁਨੀਆ ਬਣੀ ਮੁਸਾਫਰ ਖਾਨਾ, ਜੋ ਆਇਆ ਤਿਸ ਜਾਣਾ ਹੋ, ਜਿਹੜਾ ਆਇਆ ਉਹਨੇ ਜਾਣਾ ਹੀ ਜਾਣਾ। ਇਸੇ ਕਰਕੇ ਭਾਈ ਜੇ ਆਏ ਹੋ ਇੱਥੇ, ਆਉਣ ਦੇ ਦੋ ਕਾਰਨ ਬਣਦੇ ਨੇ ਆਪ ਸੁਣਿਓ ਪ੍ਰੇਮ ਨਾਲ, ਫਿਰ ਸਮਾਪਤੀ ਦੇ ਨੇੜੇ ਚੱਲੀਏ। ਪਹਿਲਾ ਕਾਰਨ ਇੱਥੇ ਆਉਣ ਦਾ ਇਹੀ ਆ, ਆਪਾਂ ਅਰਦਾਸ ਕਰਨ ਆਇਆ ਮਹਾਰਾਜ, ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਦਿਓ ਮਹਾਰਾਜ, ਸਾਨੂੰ ਸਾਰਿਆਂ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੋ। ਇੱਥੇ ਇਹ ਵੀ ਕਹਿ ਦਿਆਂ, ਮੈਨੂੰ ਕਹਿੰਦੇ ਬਾਬਾ ਜੀ ਪਰਿਵਾਰ ਵਿੱਚ ਆ ਸਾਲ ਲੰਘਿਆ, ਭਾਣਾ ਵਾਪਰ ਗਿਆ ਦੋ ਤਿੰਨ ਵਾਰੀ। ਪਹਿਲਾਂ ਸਾਡੇ ਵੀਰ ਜਸਵੀਰ ਸਿੰਘ ਜੀ ਲਾਡੀ ਮਾਤਾ ਜੀ ਦੇ ਪੁੱਤਰ ਸਨ, ਪਿਛਲੇ ਸਾਲ ਉਹ ਵਿਛੋੜਾ ਦੇ ਗਏ। ਮੈਨੂੰ ਜਦੋਂ ਫੋਨ ਗਿਆ ਨਾ ਮੰਡੀ ਗੋਬਿੰਦਗੜ੍ਹ ਤੋਂ, ਇਹਨਾਂ ਦੀ ਭੈਣ ਵਿਆਹੀ ਹੋਈ ਆ, ਮੈਨੂੰ ਭੈਣ ਜੀ ਨੇ ਫੋਨ ਕੀਤਾ। ਮੈਂ ਟਾਂਡੇ ਲਾ ਕੇ ਦੀਵਾਨ ਹਾਜ਼ਰੀ ਭਰਨ ਜਾਂਦਾ ਸੀ, ਜਦੋਂ ਮੈਨੂੰ ਦੱਸਿਆ ਬਾਬਾ ਜੀ ਲਾਡੀ ਵੀਰ ਜੀ ਇੱਦਾਂ ਇੱਦਾਂ ਚੜ੍ਹਾਈ ਕਰ ਗਏ। ਇੱਕ ਵਾਰੀ ਤੇ ਸੁਣ ਕੇ ਸੁੰਨ ਹੋ ਗਿਆ ਦਿਮਾਗ, ਵੀ ਆਹ ਕੀ ਬਣ ਗਿਆ। ਕਹਿੰਦੇ ਬਾਬਾ ਜੀ ਦੋ ਤਿੰਨ ਮੌਤਾਂ ਹੋ ਗਈਆਂ ਪਰ ਘਰ ਪਰਿਵਾਰ ਵਿੱਚ, ਪਹਿਲਾਂ ਵੀਰ ਜੀ ਜਸਵੀਰ ਸਿੰਘ ਲਾਡੀ, ਹੁਣ ਮਾਤਾ ਕੁਲਵੰਤ ਕੌਰ ਜੀ। ਕਹਿਣ ਵਾਲੇ ਤੇ ਕਹਿੰਦੇ ਨੇ ਬਾਬਾ ਜੀ ਇਹ ਖੇਡ ਕਿਵੇਂ ਆ, ਪਰ ਜਿੰਨਾ ਚਿਰ ਜਿਉਂਦੇ ਆ ਨਾ ਵਿਛੋੜੇ ਪੈਂਦੇ ਰਹਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹ। ਵਿਛੋੜਾ ਪੈਣ ਦਾ ਇੱਕੋ ਹੀ ਕਾਰਨ ਆ, ਸਾਨੂੰ ਪਤਾ ਲੱਗਦਾ ਰਹੇ ਆਪਾਂ ਵੀ ਮਰਨਾ, ਆਪਾਂ ਵੀ ਜਾਣਾ। ਇਹ ਕਹਾਣੀ ਮੁੱਕੇਗੀ ਜਦੋਂ ਆਪਾਂ ਮੁੱਕ ਗਏ, ਉਦੋਂ ਮੁੱਕ ਜਾਣੀ ਆ ਕਹਾਣੀ ਭਾਈ। ਜਿੰਨਾ ਚਿਰ ਸਰੀਰ ਕਰਕੇ ਬੈਠੇ ਆ ਵਿਛੋੜੇ ਪੈਂਦੇ ਰਹਿੰਦੇ ਨੇ, ਬਾਕੀਆਂ ਨੂੰ ਵੀ ਗਿਆਨ ਹੁੰਦਾ ਰਹੇ। ਸੰਗ ਚਲਤ ਹੈ ਹਮ ਵੀ ਚੱਲਣਾ, ਜਿਹੜੇ ਰਾਹੇ ਰਾਹੀ ਜਾਂਦੇ। ਪਹਿਲਾ ਕਾਰਨ ਇਹੀ ਆ ਅਰਦਾਸ ਕਰਨ ਆਇਆ ਮਹਾਰਾਜ, ਵਿਛੜੀ ਆਤਮਾ ਨੂੰ ਮਾਤਾ ਕੁਲਵੰਤ ਕੌਰ ਜੀ ਨੂੰ
ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਜਿਹੜਾ ਦੂਜਾ ਕਾਰਨ ਇੱਥੇ ਆਉਣ ਦਾ, ਇਹ ਨਹੀਂ ਆਪਾਂ ਮੱਥਾ ਟੇਕਿਆ, ਪ੍ਰਸ਼ਾਦਾ ਪਾਣੀ ਛਕਿਆ, ਘਰ ਨੂੰ ਮੁੜ ਗਏ, ਨਹੀਂ ਨਹੀਂ, ਜੇ ਇੱਥੇ ਆਏ ਆ ਗਿਆਨ ਲੈਣ ਆਉਂਦੇ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ, ਭਾਵੇਂ ਮਹਿਲਾਂ ਵਿੱਚ ਬਹਿਣ ਵਾਲਾ, ਭਾਵੇਂ ਕੁੱਲੀਆਂ ਵਿੱਚ ਬਹਿਣ ਵਾਲਾ, ਭਾਵੇਂ ਕੋਈ ਅਮੀਰ ਭਾਵੇਂ ਕੋਈ ਗਰੀਬ, ਸਭ ਨੇ ਤੁਰ ਜਾਣਾ। ਮਾਤਾ ਕੁਲਵੰਤ ਕੌਰ ਜੀ ਬੜੇ ਪਿਆਰ ਵਾਲੇ ਸਨ, ਦੋ ਤਿੰਨ ਵਾਰੀ ਮੈਂ ਮਿਲਿਆ, ਬੜਾ ਸਨੇਹ ਕਰਦੇ ਹੁੰਦੇ ਸੀ। 15-16 ਸਾਲ ਹੋ ਗਏ, ਮੇਰਾ ਪਿਆਰ ਆ ਬੜਾ ਪਰਿਵਾਰ ਨਾਲ, ਮੈਂ ਬੜੀ ਵਾਰੀ ਹਾਜ਼ਰੀ ਭਰ ਕੇ ਜਾਂਦਾ, ਸਾਰੀਆਂ ਰਿਸ਼ਤੇਦਾਰੀਆਂ ਵਿੱਚ ਵੀ ਬੜਾ ਮੋਹ ਕਰਦੇ ਨੇ, ਬੜਾ ਪ੍ਰੇਮ ਕਰਦੇ ਨੇ। ਮੈਂ ਵੇਖੇ ਬੜੇ ਬਜ਼ਾਰ, ਜਿਹੜਾ ਮਾਵਾਂ ਦਾ ਪਿਆਰ ਆ ਨਾ, ਦੁਨੀਆਂ ਦੀ ਹਰ ਸ਼ੈ ਮਿਲ ਜਾਂਦੀ ਹੈ ਮੁੱਲ ਕਰਕੇ, ਘੱਟ ਵੱਧ ਕਰਕੇ। ਕੱਪੜਾ ਲੈਂਦੇ ਹੋ ਮਹਿੰਗਾ ਸਸਤਾ ਲੈ ਲੈਂਦੇ ਹੋ, ਗੱਡੀ ਲੈਣੀ ਆ ਮਹਿੰਗੀ ਸਸਤੀ ਕਰਕੇ ਲੈ ਲੈਂਦੇ ਹੋ, ਜ਼ਮੀਨ ਦਾ ਸੌਦਾ ਮਾਰਨਾ ਘੱਟ ਵੱਧ ਕਰਕੇ ਲੈ ਲੈਂਦੇ ਹੋ। ਦੁਨੀਆਂ ਦੇ ਬਾਜ਼ਾਰ ਭਰੇ ਪਏ ਨੇ, ਲੋਕੀ ਜਾਂਦੇ ਨੇ ਖਰੀਦਾਂ ਕਰਦੇ ਨੇ, ਪਰ ਜੇ ਕਹੀਏ ਮਾਂ ਦਾ ਪ੍ਰੇਮ ਮਿਲੇਗਾ ਬਾਜ਼ਾਰ ਵਿੱਚੋਂ, ਕਦੇ ਵੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਆਪਣੀ ਮਾਂ ਨੂੰ 4 ਸਾਲ ਹੋ ਗਏ ਨੇ, ਆਪਣੀ ਮਾਂ ਨੂੰ ਮੈਂ ਦੁਨੀਆਂ ਦੇ ਕੋਨੇ ਕੋਨੇ ਜਾਂਦਾ, ਪਰ ਜਿਹੜਾ ਮਾਂ ਦਾ ਪ੍ਰੇਮ ਆ ਉਹ ਨਹੀਂ ਮਿਲਦਾ। ਮੈਂ ਵੇਖੇ ਬੜੇ ਬਾਜ਼ਾਰ, ਮਾਂ ਨਹੀਂ ਮਿਲੀਆਂ, ਵੇਖੇ ਬੜੇ ਬਾਜ਼ਾਰ, ਮਾਂ ਨਹੀਂ ਮਿਲੀਆਂ, ਵੇਖੇ ਬੜੇ ਬਾਜ਼ਾਰ, ਮਾਂ ਨਹੀਂ ਮਿਲੀਆਂ, ਮੈਂ ਵੇਖੇ ਬੜੇ ਬਾਜ਼ਾਰ, ਮਾਂ ਨਹੀਂ ਮਿਲੀਆਂ, ਬੜੇ ਬਾਜ਼ਾਰ, ਮਾਵਾਂ ਨਹੀਂ ਮਿਲੀਆਂ, ਮੈਂ ਵੇਖੇ ਬੜੇ ਬਾਜ਼ਾਰ, ਮਾਵਾਂ ਨਹੀਂ ਮਿਲੀਆਂ, ਮੈਂ ਵੇਖੇ ਬੜੇ ਬਾਜ਼ਾਰ, 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 ਵੀ ਦੇਵਾਂ ਵਾਰ, ਮੈਂ ਜਾਨ ਵੀ ਦੇਵਾਂ ਵਾਰ, ਮੈਂ ਜਾਨ ਵੀ ਦੇਵਾਂ ਵਾਰ, ਮੈਂ ਜਾਨ ਵੀ ਦੇਵਾਂ ਵਾਰ, ਜਾਨ ਵੀ ਦੇਵਾਂ ਵਾਰ, ਮੈਂ ਜਾਨ ਵੀ ਦੇਵਾਂ ਵਾਰ, ਮਾਵਾਂ ਨਹੀਂ ਮਿਲੀਆਂ, ਮੈਂ ਵੇਖੇ ਬੜੇ ਬਾਜ਼ਾਰ, 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 ਮਾਵਾਂ ਨਹੀਂ ਮਿਲੀਆਂ। ਜਿਹੜਾ ਮਾਵਾਂ ਦਾ ਪਿਆਰ ਆ ਇਹ ਨਹੀਂ ਮੁੱਲ ਵਿਕਦਾ, ਨਾ ਪੁੱਤ ਹੱਟੀਓ ਮਿਲਣ ਬਾਜ਼ਾਰੋਂ ਮੁੱਲ, ਨਾ ਮਾਵਾਂ ਦਾ ਪਿਆਰ ਮਿਲੇ। ਆਓ ਆਪਾਂ ਜੇ ਆਉਂਦੇ ਹਾਂ, ਪਹਿਲਾ ਕਾਰਨ ਇਹੀ ਆ, ਅਰਦਾਸ ਕਰਨ ਆਇਆ। ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਦਿਓ ਮਹਾਰਾਜ, ਕਰੋ ਕਿਰਪਾ। ਦੂਜਾ ਕਾਰਨ ਇਹੀ ਆ, ਆਪਾਂ ਗਿਆਨ ਲੈਣ ਆਉਂਦੇ ਹਾਂ, ਜਿਹੜੇ ਰਾਹੇ ਰਾਹੀ ਜਾਂਦੇ
ਇੱਕ ਦਿਨ ਤੈਂ ਵੀ ਤੁਰ ਜਾਣਾ। ਇਹ ਧਾਰਨਾ ਪੜਿਓ ਪਿਆਰ ਨਾਲ, ਫਿਰ ਅਨੰਦ ਸਾਹਿਬ ਪੜ੍ਹੀਏ। ਜੀ ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, 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 ਇੱਕ ਦਿਨ ਤੂੰ ਵੀ ਤੁਰ ਜਾਏਗਾ ਮਨਾਵੇ ਤੈਂ ਵੀ ਤੁਰ ਜਾਣਾ, ਇੱਕ ਦਿਨ 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 ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੇ ਵੀ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ। ਸੰਗ ਚਲਤ ਹੈ ਹੰਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਮਾਲ ਮਹਾਰਾਜ ਦੇ ਚਰਨਾਂ ਵਿੱਚ ਆਏ ਹੋ, ਸਭ ਦੀ ਹਾਜ਼ਰੀ ਪ੍ਰਵਾਨ ਹੋਵੇ। ਦਾਸ ਤੋਂ ਪਹਿਲਾਂ ਬਾਬਾ ਜੀ ਗੁਰਚਰਨ ਸਿੰਘ ਜੀ ਬੜਾ ਮਿੱਠਾ ਕੀਰਤਨ ਕਰਦੇ ਸੀ, ਬੜਾ ਪਿਆਰ ਕਰਦੇ ਨੇ। ਮੈਂ ਧੰਨਵਾਦ ਕਰਾਂ ਸਾਰੀ ਸੰਗਤ ਦਾ। ਆਓ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋ, ਆਨੰਦ ਸਾਹਿਬ ਦੀ ਬਾਣੀ ਸਾਰੇ ਕਿਰਪਾ ਕਰਿਓ। ਜਿਹੜੇ ਹੁਣ ਤੱਕ ਨਹੀਂ ਬੋਲੇ, ਹੁਕਮ ਵੀ ਇਹੀ ਆ ਸਿੱਖਾ, ਭਾਵੇਂ ਸੁੱਖ ਆਵੇ ਤੇ ਭਾਵੇਂ ਦੁੱਖ ਆਵੇ। ਮਹਾਰਾਜ ਕਹਿੰਦੇ ਆਨੰਦ ਸਾਹਿਬ ਦੀ ਬਾਣੀ ਪੜਿਆ ਕਰ, ਜਿਹੜਾ ਤੇਰੇ ਮਨ ਦਾ ਆਨੰਦ ਆ ਉਹ ਪੂਰਾ ਰਹਿਣਾ ਚਾਹੀਦਾ, ਉਹਦੇ ਵਿੱਚ ਕਦੇ ਵੀ ਘਾਟ ਨਾ ਆਵੇ। ਆਓ ਸਾਰੇ ਬੈਰਾਗੀ ਮਨ ਕਰਕੇ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਰੇ ਕਿਰਪਾ ਕਰਿਓ ਭਾਈ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ, ਸਤਿਗੁਰ ਪ੍ਰਸ਼ਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮਨ ਵਜੀਆਂ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਹੇ ਮਨ ਮੇਰਿਆ ਤੂੰ ਸਦਾ ਰਹੋ ਮਰ ਨਾਲੇ।
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਾਨੋ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਸਭ ਕੁਝ ਬੋਲੋ ਜੀ ਜਿਸ ਦੇਹੇ ਸੋ ਪਾਵੇ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਤ ਨਾਮ ਆਧਾਰ ਮੇਰਾ ਜਿਨ ਦੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟਹੋ ਜਿਸ ਦੀ ਆਏ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਝੇ ਪੰਚ ਸ਼ਬਦ ਤਕਾਰ ਜਵਾਨੈ ਤਰਸ ਪਾਗੇ ਸ਼ਬਦ ਵਜੇ ਕਲਾ ਜਿਤ ਕਰ ਤਾਰੀਆਂ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੇ ਲਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਗੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗ ਜੰਗੇ ਆਈਆਂ ਬੁਰਿਆਂ ਆਈਆਂ ਬਾਚੇ ਧਰਮ ਹਦੂਰ ਬੋਲੋ ਸਾਰੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਠਾਕੁਰ ਤੁਮ ਪੈ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਆਮੇਨ।